प्यारे दोस्तों, तंदुरुस्ती एक गॉड गिफ्ट है जिन्हों असी तंदुरुस्त रखने वास्ते घरेलू नुस्खे और अपनी रसोई दे विच सुधार करके अपने आप नूं तंदुरुस्त रख सकते हैं। इदां दी जिहड़े घरेलू नुस्खे आ उहदे वास्ते तुहाडा जिहड़ा सुभाष गोयल हैल्थ शो है इहदे विच आपां चर्चा करते हैं। तुसीं उहनूं सुणदे भी हो, करदे भी हो, एपरीशिएट भी करदे हो, लेकिन जे तुसीं उहनूं आपदे उत्ते लागू करोगे तां तुहाडी सेहत तंदुरुस्त रहेगी, तुहाडे बच्चों की सेहत तंदुरुस्त रहेगी, तुहाडे परिवार की सेहत भी तंदुरुस्त रहेगी। तां इह जिहड़ी तंदुरुस्ती है इहनूं मस्ती विच बदलन वास्ते साडे नाल बहुत ही सोहणे मोहणे चेहरे जिहड़े आ ਉਹ ਹਮੇਸ਼ਾ ਇਸ ਸ਼ੋਅ ਦੇ ਵਿੱਚ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਸਾਡੇ ਨਾਲ ਮੌਜੂਦ ਰਹਿੰਦੇ ਆ। ਅੱਜ ਵੀ ਸਾਡੇ ਨਾਲ ਬਹੁਤ ਹੀ ਖੂਬਸੂਰਤ ਜੋੜੀ ਸ਼ੋਅ ਦੇ ਵਿੱਚ ਮੌਜੂਦ ਹੈ। ਆਓ ਰਲ ਮਿਲ ਕੇ ਉਹਨਾਂ ਦਾ ਸਵਾਗਤ ਕਰਦੇ ਹਾਂ। ਹਰਸ਼ਨੀਨ ਜੀ, ਪ੍ਰਭ ਗਰੇਵਾਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਖਾਸ ਸ਼ੋਅ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ। ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਮੇਰੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਸਾਡੇ ਬਹੁਤ ਸਾਰੇ ਦਰਸ਼ਕ ਜਿਹੜੇ ਸੀਗੇ ਉਹ ਕਹਿੰਦੇ ਸੀ ਕਿ ਕਦੀ ਕਦੀ ਗੋਇਲ ਸਾਹਿਬ ਹਰਸ਼ਨੀਨ ਮੈਡਮ ਨੂੰ ਵੀ ਲੈ ਕੇ ਆਓ ਸ਼ੋਅ ਦੇ ਵਿੱਚ। ਉਹ ਬੜੇ ਉਹਨਾਂ ਦੇ ਯੋਗਾ ਯੋਗਾ ਕਰਦੇ ਰਹਿੰਦੇ ਆ, ਉਹਨਾਂ ਤੋਂ ਵੀ ਸਿੱਖਦੇ ਆ ਕੁਛ ਗੱਲਾਂ। ਅਤੇ ਨਾਲ ਪ੍ਰਭ ਗਰੇਵਾਲ ਮੈਡਮ ਲਈ ਤਾਂ ਖਾਸ ਹੀ ਕਹਿੰਦੇ ਵੀ ਉਹਨਾਂ ਦੀ ਹਾਈਟ ਦਾ ਕੀ ਰਾਜ ਹੈ, ਉਹਨਾਂ ਤੋਂ ਗੱਲਬਾਤ ਕਰਾਂਗੇ ਅੱਜ। ਅਤੇ ਉਹਨਾਂ ਦੀ ਖੂਬਸੂਰਤੀ ਬਾਰੇ ਗੱਲਾਂ ਬਾਤਾਂ ਹੋਣਗੀਆਂ ਜੀ ਅੱਜ ਦੇ ਸ਼ੋਅ ਦੇ ਵਿੱਚ। ਔਰ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਸੋ ਮਚ ਸਰ, ਤੁਸੀਂ ਇੰਨੇ ਸੋਹਣੇ ਸ਼ੋਅ 'ਤੇ ਸਾਨੂੰ ਇਨਵਾਈਟ ਕੀਤਾ। ਇਹ ਸ਼ੋਅ ਹੀ ਤੁਹਾਡਾ ਜੀ, ਤੁਹਾਡੇ ਲਈ ਬਣਿਆ। ਅਤੇ ਬਹੁਤ ਟਾਈਮ ਤੋਂ ਜੀ ਸੀ ਸਰ ਤੁਹਾਡੇ ਸ਼ੋਅ ਦਾ ਹਿੱਸਾ ਬਣਨ ਦਾ, ਤੁਹਾਡੇ ਐਪੀਸੋਡ ਦੇਖਦੇ ਰਹਿੰਦੇ ਹਾਂ ਯੂਟਿਊਬ ਦੇ ਉੱਤੇ। ਅਤੇ ਅੱਜ ਸਬੱਬ ਬਣਿਆ ਇੱਥੇ ਆਉਣ ਦਾ, ਪ੍ਰਭ ਨਾਲ ਆਉਣ ਦਾ ਇੱਥੇ, ਸਪੈਸ਼ਲੀ ਹੁਣ ਗੱਲਾਂ ਬਾਤਾਂ ਕਰਨ ਦਾ ਸਿਲਸਿਲਾ ਹੋਰ ਵੀ ਵਧੀਆ ਜਾਏਗਾ। ਤੁਹਾਡੇ ਚਾਹੁਣ ਵਾਲੇ ਦਰਸ਼ਕਾਂ ਦੀ ਬੜੀ ਡਿਮਾਂਡ ਸੀ ਕਿ ਹਰਸ਼ਨੀਨ ਮੈਡਮ ਅਤੇ ਪ੍ਰਭ ਗਰੇਵਾਲ ਨੂੰ ਲੈ ਕੇ ਆਉਣਾ, ਅਤੇ ਅਸੀਂ ਵੀ ਬੜੀ ਕੋਸ਼ਿਸ਼ ਕੀਤੀ। ਤੁਸੀਂ ਬੜਾ ਔਖਾ ਟਾਈਮ ਦਿੱਤਾ, ਪਰ ਹੁਣ ਜ਼ਰੂਰ ਤੁਸੀਂ ਕਹਿ ਰਹੇ ਹੋ ਕਿ ਬੜਾ ਸਾਡਾ ਜੀ ਕਰਦਾ ਸੀ, ਪਰ ਤੁਹਾਡਾ ਟਾਈਮ ਬੜਾ ਔਖਾ ਮਿਲਿਆ। ਔਰ ਸਾਨੂੰ ਉਮੀਦ ਹੈ ਕਿ ਅੱਜ ਦਰਸ਼ਕਾਂ ਨੂੰ ਜਿਹੜੀਆਂ ਖੂਬਸੂਰਤ ਗੱਲਾਂ ਬਾਤਾਂ ਨੇ ਉਹਦੇ ਨਾਲ ਅੱਜ ਜ਼ਰੂਰ ਨਿਹਾਲ ਕੀਤਾ ਜਾਊਗਾ। ਬਿਲਕੁਲ ਜੀ, ਦਰਸ਼ਕਾਂ ਨੂੰ ਤਾਂ ਚਲੋ ਜੋ ਸਿੱਖਣ ਨੂੰ ਮਿਲੇਗਾ, ਸਾਨੂੰ ਇਸ ਚੀਜ਼ ਦੀ ਐਕਸਾਈਟਮੈਂਟ ਹੈ ਵੀ ਸਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਣਾ ਅੱਜ ਜੀ। ਅਤੇ ਸਰ, ਮੈਂ ਮੇਰੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਹੈਗੇ ਨੇ, ਹੈ ਨਾ, ਜੋ ਆਮ ਵੀ ਆਪਣੇ ਰੋਜ਼ਮਰਾ ਦੀ ਜ਼ਿੰਦਗੀ 'ਚ ਚੱਲਦੇ ਰਹਿੰਦੇ ਨੇ। ਪਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਹਾਂ ਕਿ ਅੱਜ ਕੱਲ੍ਹ ਆਈ ਥਿੰਕ ਤੁਸੀਂ ਵੀ ਨੋਟਿਸ ਕੀਤਾ ਹੋਊਗਾ, ਕੁੜੀਆਂ ਨੂੰ ਵਾਲਾਂ ਦੀਆਂ ਬਹੁਤ ਸਮੱਸਿਆਵਾਂ ਆ ਰਹੀਆਂ ਨੇਗੀਆਂ, ਈਵਨ ਕਿ ਸਾਡੇ ਖੇਤਰ ਦੇ ਵਿੱਚ ਵੀ, ਕਿਉਂਕਿ ਸਾਨੂੰ ਵਾਲਾਂ ਦੇ ਉੱਤੇ ਕਦੇ ਨਾ ਕਦੇ ਹੀਟ ਪ੍ਰੋਡਕਟਸ ਜਾਂ ਕੁਛ ਨਾ ਕੁਛ ਲਗਾਉਣਾ ਪੈਂਦਾ ਰਹਿੰਦਾ, ਅਤੇ ਆਮ ਤੌਰ ਦੇ ਉੱਤੇ ਵੀ ਕੁੜੀਆਂ ਦੇ ਵਾਲ ਬਹੁਤ ਰੁੱਖੇ ਸੁੱਖੇ ਜਿਹੇ ਹੋ ਗਏ ਨੇ, ਇਹਦਾ ਕੀ ਕਾਰਨ ਹੈ ਅਤੇ ਇਹਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ? ਇਹਦਾ ਨਾ ਮੈਂ ਤੁਹਾਨੂੰ ਦੱਸਦਾ, ਬਹੁਤ ਵੱਡਾ ਇੱਕ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਅੱਗੇ ਨਾ ਨਾਨੀ ਜਾਂ ਦਾਦੀ ਦੇ ਹੱਥ 'ਚ ਹੁੰਦੇ ਸੀ ਪੋਤੀਆਂ ਦੇ ਵਾਲ ਅਤੇ ਪੋਤਿਆਂ ਦੇ ਵੀ, ਉਹ ਤੇਲ ਤੂਲ ਲਾਉਂਦੀਆਂ ਰਹਿੰਦੀਆਂ ਸੀ ਅਤੇ ਬਹੁਤ ਸਾਰੀਆਂ ਘਰੇਲੂ ਚੀਜ਼ਾਂ ਵੀ ਜਿਵੇਂ ਮੇਥੀ, ਕਲੌਂਜੀ, ਕਿਉਂਕਿ ਜਿਹੜਾ ਕਲੌਂਜੀ ਹੈ ਨਾ ਇਹ ਇੱਕ ਮਤਲਬ ਓਨੀਅਨ ਦਾ ਬੀਜ ਹੈ, ਮਤਲਬ ਜਿਵੇਂ ਆਮ ਅਕਸਰ ਕਹਿੰਦੇ ਨਾ ਵੀ ਪਿਆਜ਼ ਦੇ ਰਸ ਨੂੰ ਲਗਾਓ ਸਿਰ ਦੇ ਵਿੱਚ, ਉਹ ਵੀ ਇੱਕ ਉਹੀ ਚੀਜ਼ ਹੈ। ਜਦੋਂ ਮੇਥੀ ਕਲੌਂਜੀ ਦਾ ਇੱਕ ਮਿਸ਼ਰਣ ਹੈ, ਔਰ ਮੈਂ ਸ਼ੋਅ ਦੇ ਵਿੱਚ ਹੀ ਤੁਹਾਨੂੰ ਸਮਝਾ ਦਿੰਦਾ ਕਿਉਂਕਿ ਕਈ ਵਾਰ ਨਾ ਫਿਰ ਦਰਸ਼ਕ ਬਾਅਦ 'ਚ ਫੋਨ ਕਰਕੇ ਪੁੱਛਦੇ, ਫਿਰ ਬੜਾ ਕੰਜਸਟਡ ਹੋ ਜਾਂਦਾ ਕੰਮ, ਕਈ ਵਾਰ ਦੱਸ ਵੀ ਨਹੀਂ ਪਾਉਂਦੇ, ਫਿਰ ਉਹ ਗੁੱਸਾ ਕਰਦੇ ਆ ਵੀ ਸਰ ਤੁਸੀਂ ਹਰਸ਼ਨੀਨ ਨੂੰ ਤਾਂ ਦੱਸਦਾ ਸਾਨੂੰ ਨਹੀਂ ਦੱਸਿਆ। ਅਤੇ ਉਹਦੇ 'ਚ ਕੀ ਆ ਕਿ ਜਿਵੇਂ ਅਸੀਂ ਮੇਥੇ ਦਾ ਪਾਊਡਰ ਲੈਣਾ, ਮੋਟੇ ਮੇਥੇ ਜਿਹੜੇ ਹੁੰਦੇ ਆ ਉਹਦੇ ਵਿੱਚ ਕਲੌਂਜੀ ਬਰਾਬਰ ਮਾਤਰਾ 'ਚ ਲੈ ਕੇ ਉਹਦਾ ਪਾਊਡਰ ਬਣਾ ਕੇ ਰੱਖਣਾ, ਉਸ ਪਾਊਡਰ ਨੂੰ ਅਗਰ ਡੇਲੀ ਲੋਕ ਰਾਤੀ ਭਿਗੋ ਦਿੰਦੇ ਆ ਪਾਣੀ ਦੇ ਵਿੱਚ, ਅਤੇ ਸਵੇਰੇ ਉੱਠ ਕੇ ਉਹ ਪਾਣੀ ਦੇ ਨਾਲ ਵਾਲ ਵਾਸ਼ ਕਰਦੇ ਆ ਅਤੇ ਉਹਨੂੰ ਪਾਊਡਰ ਨੂੰ ਵਾਲਾਂ ਦੇ ਵਿੱਚ ਲਗਾ ਕੇ ਰਗੜ ਵੀ ਦਿੰਦੇ ਆ ਸੁਬਹਾ ਸੁਬਹਾ, ਤਾਂ ਵਾਲਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਖਹਿੜਾ ਛੁੱਟ ਜਾਂਦਾ। ਅਤੇ ਜਿਵੇਂ ਹੁਣ ਮੰਨ ਲਓ ਕਿਸੇ ਦੀ ਏਜ ਹੋ ਜਾਂਦੀ ਆ ਜਾਂ ਕਿਸੇ ਨੂੰ ਕੋਈ ਬਿਮਾਰੀ ਕਾਰਨ ਵਾਲ ਝੜ ਜਾਂਦੇ ਆ, ਜਾਂ ਜਿਵੇਂ ਸਾਵਣ ਦੇ ਮਹੀਨੇ 'ਚ ਵਾਲ ਝੜਦੇ ਹੀ ਝੜਦੇ ਆ, ਇਸ ਤਰ੍ਹਾਂ ਨਾ ਕਈ ਲੋਕ ਜ਼ਿਆਦਾ ਸੀਰੀਅਸ ਲੈ ਲੈਂਦੇ ਆ, ਤਾਂ ਉਹਨਾਂ ਵਾਸਤੇ ਇਹ ਚੀਜ਼ਾਂ ਬਹੁਤ ਫਾਇਦੇਮੰਦ ਆ। ਬਾਕੀ ਇੱਕ ਬਹੁਤ ਬੜੀ ਚੀਜ਼ ਹੈ ਮੈਂ ਤੁਹਾਨੂੰ ਦੱਸ ਦਿੰਦਾ ਕਿ ਵਾਲਾਂ ਦੀ ਜਿਹੜੀ ਸਮੱਸਿਆ ਹੈ ਇਹ ਕੋਈ ਫਿਜ਼ੀਕਲ ਸਮੱਸਿਆ ਦੇ ਨਾਲ ਅਗਰ ਇਹਨੂੰ ਰਿਲੇਟ ਕਰ ਦਿੱਤਾ ਜਾਵੇ ਤਾਂ ਉਹ ਵੀ ਇੱਕ ਵੱਡੀ ਗੱਲ ਆ, ਕਿਉਂਕਿ ਅੱਜ ਕੱਲ੍ਹ ਲੜਕੀਆਂ ਦੇ ਵਿੱਚ ਕੀ ਲੜਕਿਆਂ ਦੇ ਵਿੱਚ ਵੀ ਇੱਕ ਐਨਰਜੀ ਲੈਵਲ ਬਹੁਤ ਲੋਅ ਹੋ ਰਿਹਾ, ਵਿਟਾਮਿਨ ਬੀ 12 ਹੈ ਨਹੀਂ, ਵਿਟਾਮਿਨ ਡੀ ਦੀ ਮਾਤਰਾ ਹੈ ਨਹੀਂ, ਇਹ ਜਿਹੜੇ ਮਿਨਰਲ ਵਿਟਾਮਿਨਸ ਬਾਡੀ 'ਚ ਘਟਦੇ ਆ ਉਹਨੂੰ ਕਈ ਤਾਂ ਯੂਥ ਯੰਗਸਟਰ ਮੰਨਦੇ ਹੀ ਨਹੀਂ ਗੱਲ ਨੂੰ, ਉਹਨਾਂ ਨੂੰ ਪਤਾ ਹੀ ਨਹੀਂ, ਕਿਉਂਕਿ ਅੱਗੇ ਆਪਾਂ ਘਰਾਂ ਦੇ ਵਿੱਚ ਦੇਖਿਆ ਕਿੰਨਾ ਪੌਸ਼ਟਿਕ ਖਾਣਾ ਆਪਣੇ ਬਣਦਾ ਸੀ, ਆਪਾਂ ਖਾਂਦੇ ਸੀ, ਐਂ ਮੱਖਣ ਤਾਂ ਵੀ ਤੈਰਦਾ ਹੀ ਰਹਿੰਦਾ ਸੀ ਪਰੌਂਠਿਆਂ ਦੇ ਉੱਪਰ। ਹੁਣ ਕੀ ਆ, ਹੁਣ ਠੀਕ ਆ ਉਹ ਜਗ੍ਹਾ ਚੀਜ਼ ਨੇ ਲੈ ਲਈ, ਬਰਗਰ ਵਗੈਰਾ ਨੇ ਲੈ ਲਈ, ਹੋਰ ਮੈਂ ਕਹਿੰਦਾ ਇਹ ਵੀ ਖਾਣੀ ਚਾਹੀਦੀਆਂ ਨੇ ਚੀਜ਼ਾਂ ਜਿਹੜੀਆਂ ਬਣੀਆਂ ਨੇ, ਪਰ
ਸਾਨੂੰ ਆਪਣੇ ਖਾਣੇ ਤੋਂ ਹਟਣਾ ਨਹੀਂ ਚਾਹੀਦਾ। ਲੱਸੀ ਲੁੱਸੀ ਜਿਹੜੀ ਦਹੀਂ ਦੀ ਲੱਸੀ ਹੈ ਜਾਂ ਜੇ ਤੁਸੀਂ ਕਹੋ ਵੀ ਚਾਟੀ ਦੀ ਲੱਸੀ ਹੈ, ਵਾਲਾਂ ਨੂੰ ਉਹਦੇ ਨਾਲ ਵਾਸ਼ ਕੀਤਾ ਜਾਵੇ, ਵਾਲਾਂ 'ਚ ਲਾਈ ਜਾਵੇ, ਖਾਈ ਜਾਵੇ, ਪੀਤੀ ਜਾਵੇ, ਤਾਂ ਮਤਲਬ ਹੀ ਨਹੀਂ ਹੈ, ਪ੍ਰੋਬਲਮ ਰਹਿ ਜਾਣ। ਪਰ ਫਿਰ ਵੀ ਜਿਹੜੇ ਲੋਕ ਇੱਦਾਂ ਦੇ ਨੇ ਉਹ ਕਹਿੰਦੇ ਨੇ ਜੀ ਅਸੀਂ ਇੰਨੇ ਝੰਝਟ ਕਿੱਥੋਂ ਕਰੀਏ, ਕੀ ਕਰੀਏ, ਜਿਵੇਂ ਤੁਹਾਡਾ ਕੋਲ ਹੁਣ ਤੁਸੀਂ ਸੁਬਾਹ ਨਿਕਲ ਜਾਣਾ ਜੀ, ਰਾਤ ਨੂੰ ਤੁਹਾਨੂੰ ਇਹ ਵੀ ਨਹੀਂ ਪਤਾ ਕਿੱਥੇ ਸਟੇਅ ਆ, ਕੀ ਹੋਣਾ। ਇਸ ਤਰ੍ਹਾਂ ਅੱਜ ਦੇ ਯੂਥ ਦਾ ਵੀ ਇਹੀ ਹਾਲ ਆ, ਕੋਈ ਸਟੱਡੀ 'ਚ ਬਿਜ਼ੀ ਆ, ਕੋਈ ਕਿਤੇ ਬਿਜ਼ੀ ਆ, ਉਹਨਾਂ ਕੋਲ ਸਮਾਂ ਨਹੀਂ। ਉਹਨਾਂ ਵਾਸਤੇ ਜਿਹੜਾ ਸਾਡੇ ਵੈਦ ਜੀ ਨੇ ਕੰਮ ਕਰਿਆ, ਇਹ ਤਾਂ ਸੀਗਾ ਘਰੇਲੂ ਇੱਕ ਉਪਚਾਰ ਜਿਹੜਾ ਮੈਂ ਦੱਸਿਆ, ਇਹਨੂੰ ਵੀ ਨੋਟ ਕਰਕੇ ਰੱਖੋ, ਜਦੋਂ ਸਮਾਂ ਮਿਲੇ ਮੈਂ ਕਹਿੰਦਾ ਸੈਟਰਡੇ ਸੰਡੇ ਕਦੇ ਵੀ ਕਰੋ, ਤਾਂ ਇਹਦੇ ਨਾਲ ਬੜਾ ਫਾਇਦਾ ਹੋਊਗਾ। ਔਰ ਸਾਡੇ ਜਿਹੜੇ ਵੈਦ ਆ ਉਹ ਬਹੁਤ ਸੋਹਣੀਆਂ ਚੀਜ਼ਾਂ ਬਣਾਉਂਦੇ ਨੇ ਇਹਦੇ ਲਈ। ਤੁਸੀਂ ਕਦੀ ਨਾ ਸਰਚ ਕਰਿਓ ਸਾਡਾ www.vaidwan.com ਤੇ ਜਾ ਕੇ, ਉਹਦੇ 'ਤੇ ਪਾਇਆ ਹੋਇਆ ਕੇਸ਼ ਕੰਜਕ ਹੇਅਰ ਆਇਲ। ਕੇਸ਼ ਕੰਜਕ ਮਤਲਬ ਇਹਨੂੰ ਕੰਜਕ ਨੂੰ ਇੱਕ ਗਰਲਸ ਦੇ ਨਾਲ ਜੋੜਿਆ ਗਿਆ, ਕੇਸ਼ ਕੰਜਕ ਹੇਅਰ ਆਇਲ। ਇਹ ਇੱਕ ਇਸ ਤਰ੍ਹਾਂ ਦੀ ਬੋਟਲ ਹੈ, ਮੈਂ ਤੁਹਾਨੂੰ ਦਿਖਾਵਾਂ। ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਪਾਈਆਂ ਗਈਆਂ ਨੇ, ਜਿਵੇਂ ਮੇਨ ਇਹ ਤਿਲਾਂ ਦੇ ਤੇਲ ਦਾ ਬੇਸ ਹੁੰਦਾ, ਤੇ ਫਿਰ ਇਹਦੇ ਵਿੱਚ ਇੱਕ ਪਾਇਆ ਜਾਂਦਾ ਮਤਲਬ ਜਿਹਨੂੰ ਅਸੀਂ ਓਨੀਅਨ ਦਾ ਕਹਿੰਦੇ ਹਾਂ ਰਸ, ਓਨੀਅਨ ਪਿਆਜ਼ ਦਾ ਰਸ, ਅਤੇ ਫਿਰ ਇਹਦੇ ਵਿੱਚ ਬਹੁਤ ਸਾਰੀਆਂ ਜੜੀ ਬੂਟੀਆਂ ਨੇ, ਭ੍ਰਿੰਗਰਾਜ ਹੋ ਗਿਆ, ਕਾਲ ਮੇਘ ਹੋ ਗਿਆ, ਜਿਹੜੀਆਂ ਚੀਜ਼ਾਂ ਮਤਲਬ ਸਾਡੇ ਵਾਲਾਂ ਦਾ ਪੋਸ਼ਣ ਕਰਦੀਆਂ ਨੇ, ਜਿਵੇਂ ਵਾਲ ਝੜਦੇ ਆ, ਟੁੱਟਦੇ ਆ, ਦੋ ਮੂਹੇ ਹੋ ਜਾਂਦੇ ਆ, ਵਾਲਾਂ ਦੇ ਵਿੱਚ ਐਂ ਜੂੜੀ ਜਿਹੀ ਬਣ ਜਾਂਦੀ ਹੈ, ਰੁੱਖੇ ਜਿਹੇ ਹੋ ਜਾਂਦੇ ਆ ਨਾ ਉਮਰ ਤੋਂ ਪਹਿਲਾਂ। ਕਈ ਗਰਲਸ ਨੂੰ ਇਹ ਹੁੰਦਾ ਵੀ ਮੈਂ ਤਾਂ ਹਾਲੇ ਮੇਰੀ ਉਮਰ ਕੁਛ ਵੀ ਨਹੀਂ, ਉਮਰ ਤੋਂ ਪਹਿਲਾਂ ਹੀ ਬੁਢਾਪਾ ਜਿਹਾ ਦੇਖਣ ਲੱਗ ਜਾਂਦਾ ਵਾਲਾਂ ਦੇ, ਕੁਛ ਵੀ ਲਾਈ ਜਾਓ। ਉਹਨਾਂ ਲਈ ਇਹ ਕੇਸ਼ ਕੰਜਕ ਹੇਅਰ ਆਇਲ ਜਿਹੜਾ ਹੈਗਾ ਇਹ ਬਹੁਤ ਹੀ ਬੈਸਟ ਬਣਿਆ, ਇਹਦੇ ਉੱਤੇ ਸਪੈਸ਼ਲ ਲਿਖਿਆ ਗੁੱਡ ਫੋਰ ਹੇਅਰ ਗਰੋਥ, ਮਤਲਬ ਇਹ ਸਭ ਤੋਂ ਬੈਸਟ ਆ। ਗ੍ਰੇ ਹੇਅਰ ਵੀ ਜਲਦੀ ਆ ਜਾਂਦੇ ਆ, ਉਹਦੇ ਲਈ ਵੀ ਬੈਸਟ ਆ, ਉਹਦੇ ਲਈ ਵੀ ਬੈਸਟ ਹੈ ਜੀ, ਉਹਦੇ ਲਈ ਇਸ ਤੋਂ ਵੀ ਬੈਸਟ। ਮਤਲਬ ਮੈਂ ਤੁਹਾਨੂੰ ਦੱਸ ਦਿੰਦਾ ਜਿਹੜਾ ਅਸੀਂ ਘਰੇਲੂ ਉਪਚਾਰ ਦੱਸਿਆ, ਜਿਵੇਂ ਤ੍ਰਿਫਲਾ ਲੈ ਲਓ, ਤ੍ਰਿਫਲਾ ਪਾਊਡਰ ਜਿਹੜਾ ਹੈਗਾ ਨਾ ਜੀ ਉਹ ਇੱਕ ਵਾਲਾਂ ਦਾ ਪੋਸ਼ਕ ਹੈ, ਮਤਲਬ ਖਾਦ ਹੈ ਉਹ ਵਾਲਾਂ ਦੀ। ਜਿਵੇਂ ਕਹਿ ਲਓ ਕਿ ਤ੍ਰਿਫਲਾ ਪਾਊਡਰ ਲੈ ਲਿਆ ਅਸੀਂ ਇੱਕ ਚਮਚ, ਉਹਨੂੰ ਪਾਣੀ ਦੇ ਵਿੱਚ ਘੋਲ ਲਿਆ ਰਾਤੀ, ਤੇ ਸਵੇਰੇ ਉੱਠ ਕੇ ਉਹਦੇ ਨਾਲ ਵਾਲ ਵਾਸ਼ ਕਰ ਲਏ, ਸਭ ਤੋਂ ਸੌਖਾ ਤਰੀਕਾ ਇਹ ਵੀ ਹੈ। ਔਰ ਉਸੇ ਪਾਣੀ ਦੇ ਵਿੱਚੋਂ ਅਸੀਂ ਅੱਧਾ ਪਾਣੀ ਕੱਢ ਕੇ ਉਹਨੂੰ ਅਗਰ ਦੂਸਰੀ ਕਟੋਰੀ 'ਚ ਰੱਖ ਕੇ ਉਹ ਪੀ ਲਈਏ ਤਾਂ ਜਿਹੜਾ ਬਚਿਆ ਹੋਇਆ ਨੀਚੇ ਗਾਧ ਜਿਹਾ ਹੁੰਦਾ ਉਹਨੂੰ ਵਾਲਾਂ 'ਚ ਰਗੜ ਦਈਏ ਅਤੇ ਪਾਣੀ ਨਾਲ ਉਹਨੂੰ ਵਾਸ਼ ਉਸੇ ਨਾਲ ਕਰਕੇ ਜਦੋਂ ਸੁੱਕ ਜਾਣ ਤਾਂ ਤੁਸੀਂ ਉਸ ਤੋਂ ਬਾਅਦ ਵਾਲਾਂ ਨੂੰ ਨੋਰਮਲ ਪਾਣੀ ਨਾਲ ਵਾਸ਼ ਕਰੋ। ਲੋਕ ਸਾਬਣ ਬਹੁਤ ਜ਼ਰੂਰੀ, ਸ਼ੈਂਪੂ ਕਰ ਸਕਦੇ ਆ, ਸ਼ੈਂਪੂ ਵੀ ਹਰਬਲ ਹੋਣਾ ਚਾਹੀਦਾ, ਆਯੁਰਵੈਦਿਕ ਹੋਣਾ ਚਾਹੀਦਾ। ਇਹ ਨਹੀਂ ਕਿ ਐਵੇਂ ਨੋਰਮਲ ਹੁਣ ਜਿਵੇਂ ਅਸੀਂ ਸ਼ੈਂਪੂ ਦਿੰਦੇ ਹਾਂ, ਇਹ ਬਹੁਤ ਰੇਅਰ ਕੰਪਨੀਆਂ ਦਿੰਦੀਆਂ ਨੇ ਜੀ ਇਸ ਤਰ੍ਹਾਂ ਦੇ ਸ਼ੈਂਪੂ, ਇਹ ਨੋਰਮਲ ਸ਼ੈਂਪੂ ਨਹੀਂ ਹੈਗਾ। ਇਹਦੀ ਕੋਸਟ ਵੀ ਮਤਲਬ ਇੱਕ ਪੇ ਕਰਨੀ ਪੈਂਦੀ ਹੈ ਕਸਟਮਰ ਨੂੰ, ਕਿ ਉਹਨੂੰ ਪਤਾ ਹੁੰਦਾ ਕਿ ਮੈਨੂੰ ਕੀ ਮਿਲ ਰਿਹਾ। ਇਹ ਜਿਵੇਂ ਹੇਅਰ ਸ਼ੈਂਪੂ ਹੈ ਇਹ ਵਾਲਾਂ ਦੇ ਵਿੱਚ ਹਰ ਤਰ੍ਹਾਂ ਦੀ ਪ੍ਰੋਬਲਮ ਸੋਲਵ ਕਰਦਾ, ਕਈਆਂ ਦੇ ਸਕੈਲਪ ਰਹਿੰਦਾ ਨਾ ਵਿੱਚ ਡੈਂਡਰਫ ਵਗੈਰਾ, ਹਾਂ ਇਨਫੈਕਸ਼ਨ ਹੁੰਦੀ ਹੈ, ਕੀੜਾ ਲੱਗ ਜਾਂਦਾ, ਉਹ ਚੀਜ਼ ਨੂੰ ਵੀ ਕਵਰ ਕਰਦਾ। ਅਤੇ ਇਹਦੇ ਵਿੱਚ ਆਂਵਲਾ ਹੈਗਾ, ਉਸ ਤੋਂ ਰੀਠੇ ਦਾ ਪਾਊਡਰ, ਸਿੱਕਾ ਕਈ ਹੈਗਾ, ਐਲਮੰਡ ਆਇਲ ਹੈਗਾ, ਇਹ ਮੇਨ ਬੇਸ ਇਹਦਾ, ਇਹਦੇ 'ਚ ਐਲਮੰਡ ਆਇਲ, ਤੁਲਸੀ, ਫਿਰ ਇਹਦੇ ਵਿੱਚ ਹੋਰ ਓਨੀਅਨ ਦਾ ਪਿਆਜ਼ ਹੋ ਗਿਆ, ਨਿੰਮ ਦੇ ਲੀਵ ਹੋ ਗਏ, ਇਹੋ ਚੀਜ਼ਾਂ ਨੇ ਜਿਹੜੀਆਂ ਮਤਲਬ ਕਿ ਵਾਲਾਂ ਦੀ ਲਾਈਫ ਬਣਾ ਦਿੰਦੀਆਂ ਨੇ। ਇੱਦਾਂ ਦੇ ਸ਼ੈਂਪੂ ਜਦੋਂ ਲੋਕ ਯੂਜ਼ ਕਰਦੇ ਆ, ਹੁਣ ਇਹਨੂੰ ਵੀ ਤੁਸੀਂ, ਮੈਂ ਤਾਂ ਇਹੀ ਕਹਿੰਦਾ ਹੁੰਦਾ ਜਿਹੜੇ ਮਿਲ ਲੈਂਦੇ ਆ ਲੋਕ ਉਹ ਤਾਂ ਲੈ ਕੇ ਜਾਂਦੇ ਆ ਸਾਡੇ ਆਫਿਸ 'ਚੋਂ, ਜਿਹੜੇ ਨਹੀਂ ਮਿਲ ਸਕਦੇ ਉਹਨਾਂ ਨੂੰ ਸਾਡੇ ਜਿਹੜੇ ਸਕੈਨਰ ਹੈਗੇ ਆ ਸਕਰੀਨ ਦੇ ਉੱਤੇ ਆ ਰਹੇ ਆ, ਸਕੈਨ ਕਰਕੇ ਇੱਕ ਇੱਕ ਪ੍ਰੋਡਕਟ ਜਿਹੜਾ ਹੈਗਾ ਅਵੇਲੇਬਲ ਹੋ ਜਾਂਦਾ। ਸਰ ਇੱਕ ਜਿਵੇਂ ਪਹਿਲਾਂ ਤਾਂ ਇੱਦਾਂ ਹੁੰਦਾ ਸੀਗਾ ਕਿ ਦਾਦੀਆਂ ਨਾਨੀਆਂ ਤੋਂ ਜਿਵੇਂ ਤੁਸੀਂ ਗੱਲ ਸ਼ੁਰੂ ਕੀਤੀ ਕਿ ਜਦੋਂ ਉਹ ਸਾਡੇ ਤੇਲ 'ਤੇ ਵਾਲਾਂ 'ਤੇ ਤੇਲ ਲਾਉਂਦੇ ਹੁੰਦੇ ਸੀ, ਦੋ ਦੋ ਦਿਨ ਵੀ ਤੇਲ ਰੱਖ ਲੈਂਦੇ ਹੁੰਦੇ ਸੀ, ਹੁਣ ਅੱਜ ਕੱਲ੍ਹ ਕਹਿੰਦੇ ਨੇ ਵੀ ਤੁਹਾਨੂੰ ਘੰਟੇ ਕੁ ਤੋਂ ਵੱਧ ਲਾਉਣਾ ਨਹੀਂ ਚਾਹੀਦਾ ਤੇਲ, ਵੀ ਉਹ ਹਾਨੀਕਾਰਕ ਹੈ, ਕੀ ਇਹ ਸੱਚ ਹੈਗਾ ਵੀ ਸਾਨੂੰ ਤੇਲ ਸੱਚ ਸੀ ਉਹ ਤੁਹਾਡੇ ਮੂੰਹ 'ਚੋਂ ਨਿਕਲ ਗਿਆ ਵੀ ਤੇਲ 'ਤੇ ਵਾਲ, ਅੱਗੇ ਸੱਚੀ ਤੇਲ ਦੇ ਉੱਤੇ ਹੀ ਵਾਲ ਲਾਉਂਦੇ ਸੀ, ਇੰਨਾ ਤੇਲ ਲਾ ਦਿੰਦੇ ਸੀ ਚੂਣ ਲਾ ਹਾਂਜੀ ਬਿਲਕੁਲ, ਅਤੇ ਕਈ ਲੋਕ ਤਾਂ ਇੱਦਾਂ ਹਫ਼ਤਾ ਹਫ਼ਤਾ ਰੱਖਦੇ ਸੀ ਅਤੇ ਬਸ ਕਹਿੰਦੇ ਸੰਡੇ ਵਾਲੇ ਦਿਨ ਵਾਸ਼ ਕਰਦੇ ਹੁੰਦੇ ਸੀਗੇ। ਹਾਂਜੀ ਉਹ ਨਾ ਜਿਹੜਾ ਆਇਲ ਮਤਲਬ ਤੇਲ ਦੇ ਉੱਤੇ ਵਾਲ ਲਾਉਣ ਵਾਲੀ ਗੱਲ ਹੈ, ਵਾਕਈ ਸੱਚਾਈ ਤੁਹਾਡੇ ਮੂੰਹੋਂ ਨਿਕਲੀ ਔਰ ਮੈਂ ਇਸ ਗੱਲ ਨੂੰ ਪਕੜਿਆ ਵੀ ਤਾਂ ਹੀ ਹੈ ਕਿ ਇਹ ਹੁੰਦਾ ਸੀ ਸਾਡੇ ਨਾਲ ਵੀ ਹੋਇਆ, ਹਾਂਜੀ ਤਾਂ ਹੀ ਅੱਜ ਅਸੀਂ ਵੀ 50-60 ਸਾਲ ਦੀ ਉਮਰ 'ਚ ਇੰਨੀ ਕੁ ਖੇਤੀ ਸੰਭਾਲੀ ਹੋਈ ਹੈ, ਇਹ ਉਦੋਂ ਦਾ ਇਹਨਾਂ ਨੂੰ ਲੱਗਿਆ ਹੋਇਆ ਸਭ ਕੁਛ। ਅਤੇ ਇੱਕ ਚੀਜ਼ ਵੱਡੀ ਆ ਕਿ ਜਿਹੜਾ ਦਾਦੀਆਂ ਨਾਨੀਆਂ ਸਾਡੇ ਤੇਲ ਲਾਉਂਦੀਆਂ ਸੀ, ਅਗਰ ਉਸ ਤਰ੍ਹਾਂ ਅੱਜ ਵੀ ਯੂਜ਼ ਹੋ ਜਾਏ ਤੇਲ, ਚਾਹੇ ਸਰ੍ਹੋਂ ਦਾ ਹੀ ਹੋ ਜਾਏ, ਤਿਲਾਂ ਦਾ ਤੇਲ ਹੋ ਜਾਏ, ਜੈਤੂਨ ਦਾ ਤੇਲ ਹੋ ਜਾਏ, ਕੋਈ ਵੀ ਤੇਲ ਹੋ ਜਾਏ ਇਹਨਾਂ ਦੇ ਵਿੱਚੋਂ, ਕੋਕੋਨਟ ਆਇਲ ਉਹਨਾਂ ਸਾਰਿਆਂ ਦਾ ਹੀ ਗੁਰੂ ਹੈ, ਕਿਉਂਕਿ ਨਾਰੀਅਲ ਤੇਲ ਜਿਹੜਾ ਹੈਗਾ, ਚਲੋ ਗੱਲਾਂ 'ਚੋਂ ਗੱਲ ਨਿਕਲੀ ਹੈ, ਨਾਰੀਅਲ ਤੇਲ ਜਿਵੇਂ ਸਾਡੇ 20 ਨਾਖੂਨ ਹੈ, 10 ਪੈਰਾਂ ਦੇ 10 ਹੱਥਾਂ ਦੇ, ਤੇ ਉਹਨਾਂ ਦੇ ਵਿੱਚ ਅਗਰ ਉਹਨੂੰ ਡਿਪ ਕੀਤਾ ਜਾਏ, ਜਿੱਦਾਂ ਮਤਲਬ ਕਾਟਨ ਲੈ ਕੇ ਮਤਲਬ ਨੋਹਾਂ ਨੂੰ ਤੇਲ 'ਚ ਹੀ ਡਿਪ ਕਰ ਦਿੱਤਾ ਜਾਵੇ, ਤਾਂ ਉਹ ਇੱਕ ਪੋਸ਼ਨ ਹੈ ਸਾਡੀ ਸਕਿਨ ਦਾ।
ਫਿਰ ਉਹਨੂੰ ਅਗਰ ਸਕਿਨ 'ਤੇ ਮਾਲਿਸ਼ ਕੀਤਾ ਜਾਵੇ ਤਾਂ ਮੇਰਾ ਖਿਆਲ ਹੈ ਵੀ ਉਮਰ 'ਤੇ ਇੱਕ ਆਪਣਾ ਕੰਮ ਕਰਦੀ ਕਰਦੀ ਹੈ, ਪਰ ਉਮਰ ਤੋਂ ਪਹਿਲਾਂ ਸਕਿਨ ਕਦੇ ਬੁੱਢੀ ਨਹੀਂ ਹੋ ਸਕਦੀ, ਮਤਲਬ ਚਮੜੀ ਦੇ ਉੱਤੇ ਇੰਨੀ ਗਲੋ ਰਹੂਗੀ ਰਹੂਗੀ ਜਿੰਨੀ ਹੋਣੀ ਚਾਹੀਦੀ ਆ, ਅਤੇ ਉਹ ਚੀਜ਼ ਇੱਕ ਸਭ ਤੋਂ ਬੈਸਟ ਹੈ ਕਿ ਤੇਲ ਜਿਹੜਾ ਹੈਗਾ ਬੋਡੀ 'ਤੇ ਵੀ ਲੱਗਣਾ ਚਾਹੀਦਾ, ਹੇਅਰ 'ਤੇ ਵੀ ਲੱਗਣਾ ਚਾਹੀਦਾ, ਔਰ ਜੇ ਕਿਤੇ ਤੁਸੀਂ ਆਪਦੀ ਧੁੰਨੀ ਦੇ ਵਿੱਚ ਤੇਲ ਪਾ ਲਓ, ਨਾਭੀ ਦੇ ਵਿੱਚ ਤੇਲ ਇੱਦਾਂ ਸੈਂਟਰ ਦੇ ਵਿੱਚ, ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਆ। ਔਰ ਇੱਕ ਮੈਂ ਹੋਰ ਗੱਲਾਂ ਕਹਿਣਾ ਹੁੰਦਾ, ਕਈ ਵਾਰੀ ਲੋਕਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ, ਕਹਿੰਦੇ ਜਦੋਂ ਦੇ ਅਸੀਂ ਕਰ ਰਹੇ ਹਾਂ ਸਾਨੂੰ ਬਹੁਤ ਚੀਜ਼ਾਂ 'ਚ ਫਾਇਦਾ ਹੋਇਆ, ਵੀ ਇੱਦਾਂ ਸਰੋਂ ਦਾ ਤੇਲ ਲੈਣਾ ਹੱਥ ਦੇ ਉੱਪਰ ਸੁਬਹਾ ਜਦੋਂ ਨਹਾਉਣ ਵੜਦੇ ਹਾਂ ਆਪਾਂ ਬਾਥਰੂਮ 'ਚ, ਉਦੋਂ ਕਿਹੜਾ ਕੋਈ ਦੇਖਦਾ, ਜੋ ਮਰਜ਼ੀ ਕਰੀ ਜਾਓ, ਉੱਥੇ ਲੈ ਕੇ ਇੱਦਾਂ ਕਰਕੇ ਥੋੜ੍ਹਾ ਜਿਹਾ ਐਂ ਨੱਕ 'ਤੇ ਇੱਦਾਂ ਥੋੜਾ ਜਿਹਾ ਬਸ ਨੱਕ ਦੀਆਂ ਅਗਲੀਆਂ ਹਿੱਸੇ ਤੇ ਲੱਗਣਾ, ਇਸੇ ਤਰ੍ਹਾਂ ਕੰਨ ਦੇ ਵਿੱਚ ਦੋਨੋਂ ਸਾਈਡਾਂ ਤੇ, ਔਰ ਇਹਨੂੰ ਧੁੰਨੀ ਦੇ ਵਿੱਚ ਲਗਾ ਕੇ ਹੱਥਾਂ ਤੇ ਮਲ ਕੇ ਆਪਦੇ ਨੋਹਾਂ ਨੂਹਾਂ ਨੂੰ ਚੰਗੀ ਤਰ੍ਹਾਂ ਰਗੜ ਲਓ, ਤਾਂ ਉਸ ਤੋਂ ਬਾਅਦ ਨਹਾ ਲਓ, ਕੋਈ ਦਿੱਕਤ ਨਹੀਂ। ਇਹ ਤੁਹਾਡਾ ਜਿਹੜਾ ਇੱਕ ਅੱਧੇ ਸਕਿੰਟ ਦਾ ਜਾਂ ਮਿੰਟਾਂ ਦਾ ਕੰਮ ਵੀ ਹੈ ਨਾ, ਜਦੋਂ ਤੁਸੀਂ ਲਾਈਫ ਟਾਈਮ ਕਰੋਗੇ ਤੁਹਾਨੂੰ ਪਤਾ ਲੱਗੂਗਾ ਕਿ ਇਹਦੇ ਕਿੰਨੇ ਬੈਨੀਫਿਟ ਆਪਾਂ ਨੂੰ ਮਿਲਦੇ ਆ। ਇਹ ਹੋ ਗਈ ਵਾਲਾਂ ਦੀ ਗੱਲ, ਸਕਿਨ ਦੀ ਗੱਲ, ਤਾਂ ਇਹਦੇ ਵਾਸਤੇ ਜਿਹੜੀਆਂ ਮੈਂ ਚੀਜ਼ਾਂ, ਮੇਰੇ ਕੋਲ ਜਿੰਨਾ ਕੁ ਖਜ਼ਾਨਾ ਸੀ ਮੈਂ ਦੱਸ ਪਾਇਆ, ਪਰ ਸਾਡਾ ਜਿਹੜਾ ਇਹਦੇ 'ਚ ਹੇਅਰ ਆਇਲ ਹੈ, ਕੇਸ਼ ਕੰਜਕ, ਸਾਡੇ ਜਿਹੜਾ ਸ਼ੈਂਪੂ ਹੈ, ਹੇਅਰ ਸ਼ੈਂਪੂ ਹੈ, ਮਤਲਬ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਗੁੱਡ, ਮਤਲਬ ਲੋਕ ਲੈ ਕੇ ਜਾਂਦੇ ਆ ਵੀ ਗੁਲ ਸਾਹਿਬ ਇਹ ਸਾਨੂੰ ਦੇ ਦਿਓ, ਔਰ ਇਹਨਾਂ ਦੇ ਫਾਇਦੇ ਬਹੁਤ ਹੁੰਦੇ ਆ। ਸਰ, ਬਿਊਟੀ ਦੀ ਆਪਾਂ ਗੱਲ ਕਰਦੇ ਹਾਂ, ਜਿੱਦਾਂ ਮੈਨੂੰ ਬਹੁਤ ਪ੍ਰੋਬਲਮ ਹੈ ਐਕਨੇ ਦੀ, ਤੇ ਮੈਨੂੰ ਜਿੱਦਾਂ ਸ਼ਨੀਤ ਨੇ ਕਿਹਾ ਕਿ ਆਇਲ ਨਹੀਂ ਲਗਾ ਸਕਦੇ, ਮੈਨੂੰ ਡਾਕਟਰ ਹੀ ਮੈਨੂੰ ਮਨਾ ਕਰਦੇ ਨੇ ਕਿ ਤੁਸੀਂ ਆਇਲ ਨਾ ਲਗਾਓ, ਮਤਲਬ ਘੱਟ ਲਗਾਓ ਅਗਰ ਲਗਾਉਣਾ ਵੀ ਆ, ਤੇ ਐਕਨੇ ਲਈ ਆਪਾਂ ਕੀ ਕਰ ਸਕਦੇ ਹਾਂ? ਐਕਨੇ ਵਾਸਤੇ ਨਾ ਮੈਂ ਤੁਹਾਨੂੰ ਇੱਕ ਸਕਿਨ ਕੇਅਰ, ਵੈਸੇ ਮੈਂ ਚਲੋ ਸਿੱਧਾ ਤੁਹਾਨੂੰ ਮੈਂ ਪ੍ਰੋਡਕਟ ਇਸ ਲਈ ਦੱਸਿਆ ਕਿ ਤੁਸੀਂ ਆਪਦੀ ਪ੍ਰੋਬਲਮ ਸ਼ੇਅਰ ਕੀਤੀ ਹੈ, ਮੈਂ ਤੁਹਾਨੂੰ ਜੇ ਘਰੇਲੂ ਉਪਚਾਰ ਦੱਸੂੰਗਾ ਸ਼ਾਇਦ ਤੁਹਾਡੇ ਕੋਲ ਉਨਾ ਸਮਾਂ ਨਹੀਂ ਹੋਊਗਾ, ਕਿਉਂਕਿ ਤੁਸੀਂ ਫਿਲਮਾਂ ਦੇ ਸਿਸਟਮ ਦੇ ਵਿੱਚ ਇੰਨੇ ਬਿਜ਼ੀ ਹੋ, ਔਰ ਫਿਰ ਤੁਸੀਂ ਅੱਜ ਕੱਲ੍ਹ ਲਾਈਟ ਵੀ ਫੇਸ ਕਰਨੀ ਆ, ਹਰ ਤਰ੍ਹਾਂ ਦੀ, ਹਰ ਤਰ੍ਹਾਂ ਦੇ ਕੰਮ, ਅੱਛਾ ਹਰ ਜਗ੍ਹਾ 'ਤੇ ਮੇਕਅਪ ਵੀ ਅਲੱਗ ਅਲੱਗ ਹੋਣੇ ਆ, ਤਾਂ ਉਹ ਤੁਹਾਨੂੰ ਰਹੂਗੀ ਪ੍ਰੋਬਲਮ। ਇਹਨੂੰ ਖਤਮ ਕਰਨ ਵਾਸਤੇ ਇੱਕ ਤਾਂ ਨਾਭੀ ਟੱਚ ਆਇਲ ਆਉਂਦਾ ਆਪਣਾ, ਮੈਂ ਤੁਹਾਨੂੰ ਦਿਆਂਗਾ, ਤੁਸੀਂ ਲੈ ਕੇ ਜਾਇਓ। ਅੱਜ ਆਪਾਂ ਹੁਣ ਹਲੇ ਦਰਸ਼ਕਾਂ ਨੂੰ ਦੱਸਦੇ ਹਾਂ, ਤੇ ਤੁਹਾਡੇ ਥਰੂ ਲੋਕਾਂ ਨੂੰ ਕਾਫੀ ਚੀਜ਼ਾਂ 'ਚ ਪਤਾ ਲੱਗੂਗਾ। ਇਹ ਨਾਭੀ ਟੱਚ ਆਇਲ ਆ, ਇਹਦੇ ਵਿੱਚ ਨਾ ਇੱਕ ਤਾਂ ਲਸਣ, ਇੱਕ ਪਿਆਜ਼ ਤੇ ਕਾਲੀ ਸਰੋਂ, ਕਾਲੀ ਸਰੋਂ ਦਾ ਤੇਲ, ਉਹਦਾ ਐਕਸਟ੍ਰੈਕਟ ਲੈ ਕੇ ਬਣਦਾ ਜੀ। ਇਹਨੂੰ ਜਦੋਂ ਤੁਸੀਂ ਨਾਭੀ 'ਚ ਲਾਓਗੇ, ਜਿੰਨੀ ਇਨਫੈਕਸ਼ਨ ਹੈ ਸਾਡੀ ਸੀਰਮ ਦੇ ਵਿੱਚ, ਇੱਕ ਨਾ ਤੁਸੀਂ ਦੇਖਿਆ ਹੋਊਗਾ ਜਦੋਂ ਆਪਣੀ ਸਕਿਨ ਹੈ ਕੱਟਦੀ ਹੈ, ਕਦੇ ਆਪਾਂ ਬਚਪਨ ਤੋਂ ਦੇਖਦੇ ਆ ਰਹੇ ਹਾਂ, ਕਦੇ ਨਾ ਕਦੇ ਕੱਟੀ ਫੱਟੀ ਸਾਰਿਆਂ ਦੀ ਹੁੰਦੀ ਹੈ ਸਕਿਨ ਇਹ, ਤਾਂ ਉਹਦੇ ਵਿੱਚ ਨਾ ਇੱਕ ਰੈੱਡ ਬਲੱਡ ਦੀ ਜਗ੍ਹਾ ਇੱਕ ਵਾਈਟ ਜਿਹਾ ਪਲਾਜ਼ਮਾ ਨਿਕਲਦਾ, ਕਦੀ ਆਪਾਂ ਦੇਖਿਆ ਉਹ ਪਾਣੀ ਚਿੱਟਾ ਜਿਹਾ ਆਉਂਦਾ, ਉਹ ਸਾਡੀ ਬੋਡੀ ਦਾ ਸਕਿਨ ਦਾ ਸੀਰਮ ਹੈ, ਉਹਦੇ 'ਚ ਜਦੋਂ ਇਨਫੈਕਸ਼ਨ ਰਹਿੰਦਾ ਤਾਂ ਇਹ ਚੀਜ਼ਾਂ ਆਉਂਦੀਆਂ ਨੇ। ਅੱਛਾ, ਸਾਨੂੰ ਕਈ ਲੋਕ ਟਾਲ ਦਿੰਦੇ, ਇਹ ਤਾਂ ਉਮਰ ਦੀ ਗੱਲ ਹੈ ਜੀ, ਹਲੇ ਤਾਂ ਜਵਾਨੀ ਫੁੱਟਦੀ ਹੈ, ਹੈ ਨਾ, ਅਤੇ ਕਈ ਵਾਰ ਇਹ ਹੁੰਦਾ ਵੀ ਪੇਟ ਖਰਾਬ ਹੋਊਗਾ, ਇੱਦਾਂ ਕਹਿ ਕੇ ਟਾਲਿਆ ਜਾਂਦਾ, ਸੀਰਮ ਦੀ ਇਨਫੈਕਸ਼ਨ ਹੈ। ਉਹਦੇ ਵਾਸਤੇ ਇੱਕ ਤਾਂ ਇਹ ਧੁੰਨੀ 'ਚ ਜਦੋਂ ਤੇਲ ਲੱਗਦਾ ਤਾਂ ਉਹ ਸਾਰੀ ਬੋਡੀ ਦੀ ਸਕਿਨ ਨੂੰ ਗਲੋ ਦਿੰਦਾ, ਇਕੱਲਾ ਫੇਸ ਨੂੰ। ਦੂਸਰਾ, ਇਹਦੇ ਵਾਸਤੇ ਸਭ ਤੋਂ ਬੈਸਟ ਜਿਹੜੀ ਚੀਜ਼ ਆ ਉਹ ਹੈਗੀ ਹੈ ਸਕਿਨ ਗਲੋ, ਇਹ ਕੇਅਰ, ਇੱਕ ਸਕਿਨ ਟੋਨਰ ਹੈ, ਸਕਿਨ ਟੋਨਰ, ਇਹ ਸਿਰਫ ਇੱਕ ਵੈਦਵਾਨ ਕੰਪਨੀ ਹੈ ਆਪਣੀ, ਕਿਸੇ ਦੀ ਨਹੀਂ ਆਪਣੀ ਹੈ, ਇਹ ਧਿਆਨ ਰੱਖੋ ਤੁਹਾਡੀ ਸਾਰਿਆਂ ਦੀ ਹੈ। ਇਹ ਕੰਪਨੀ ਆਪਣੀ ਜਿਹੜੀ ਬਣਾਉਂਦੀ ਹੈ ਇਹ ਬਹੁਤ ਬੈਸਟ ਇਹ ਚੀਜ਼ ਪਾਉਂਦੀ ਹੈ। ਇਹਦੇ ਵਿੱਚ ਨਾ ਇੱਕ ਦਾਰੂ ਹਲਦੀ, ਇੱਕ ਨਾ ਮੈਡਮ ਇਹਦੇ ਵਿੱਚ ਬਿੜੰਗ, ਬਿੜੰਗ ਜਿਹੜਾ ਹੈਗਾ ਉਹ ਕੀਟਨਾਸ਼ਕ ਹੈ, ਜੜੀ ਬੂਟੀ ਹੈ, ਉਹ ਮਤਲਬ ਜਰਾਸੀਮ ਨੂੰ ਖਤਮ ਕਰਦੀ ਹੈ। ਇਹ ਜਦੋਂ ਅਸੀਂ ਬੋਡੀ 'ਤੇ ਲਗਾਉਂਦੇ ਹਾਂ ਤਾਂ ਸਾਡੀ ਸਕਿਨ ਜਿਹੜੀ ਕਿਤੇ ਵੀ ਕਿਸੇ ਵੀ ਪ੍ਰੋਬਲਮ 'ਚ ਹੋਵੇ, ਜਿਵੇਂ ਹੁਣ ਤੁਹਾਡੇ ਐਕਨੇ ਆ, ਇਹ ਦੋ ਚੀਜ਼ਾਂ ਤਾਂ ਮੈਂ ਤੁਹਾਨੂੰ ਰਿਕਮੈਂਡ ਕਰੂੰਗਾ ਹੀ ਵੀ ਇਹ ਤੁਹਾਨੂੰ ਲੈਣੀਆਂ ਚਾਹੀਦੀਆਂ, ਸਾਡੇ ਵੈਦ ਜਿਹੜੇ ਬਣਾਉਂਦੇ ਇਹਨਾਂ ਨੂੰ ਬਹੁਤ ਗੁੱਡ। ਅਤੇ ਇੱਕ ਇਹਦੇ ਵਿੱਚ ਸਭ ਤੋਂ ਵਧੀਆ ਚੀਜ਼ ਤੁਹਾਡੇ ਲਈ ਮੈਂ ਦੱਸ ਦਿੰਦਾ, ਇੱਕ ਤਾਂ ਭੂ ਅੰਮ੍ਰਿਤ ਪਾਊਡਰ ਹੈ, ਭੂ ਅੰਮ੍ਰਿਤ ਪਾਊਡਰ ਜਿਹੜਾ ਹੈਗਾ ਉਹਦੇ ਵਿੱਚ ਭੂਮੀ ਆਮਲਾ, ਪਰਵਾਲ ਭਸਮ, ਔਰ ਨਾਲ ਉਹਦੇ ਵਿੱਚ ਗੋਦੰਤੀ ਭਸਮ ਦਾ ਮਿਸ਼ਰਣ ਹੈ। ਇਹ ਜਿਹੜੇ ਤਿੰਨ ਚੀਜ਼ਾਂ ਦਾ ਮਿਸ਼ਰਣ ਹੈ ਇਹ ਸਾਡੇ ਲੀਵਰ ਦਾ ਸਭ ਤੋਂ ਬੈਸਟ ਇੱਕ ਟੋਨਿਕ ਆ। ਸਾਡਾ ਜਦੋਂ ਲੀਵਰ ਸਾਫ਼ ਰਹੂਗਾ ਸਾਡੀ ਸਕਿਨ 'ਤੇ ਇਹ ਪਿੰਪਲ ਪੁੰਪਲ ਦਾ ਕੀ, ਹੋਰ ਵੀ ਕੋਈ ਛੇਤੀ ਪ੍ਰੋਬਲਮ ਨਹੀਂ ਆਉਂਦੀ, ਮਤਲਬ ਉਮਰ ਤੋਂ ਪਹਿਲਾਂ ਜੁਰੜੀਆਂ ਵੀ ਨਹੀਂ ਪੈਂਦੀਆਂ। ਮੈਂ ਤੁਹਾਨੂੰ ਦੱਸ ਦੇਵਾਂ, ਕਈਆਂ ਨੂੰ ਤਾਂ ਉਮਰ 'ਚ ਵੀ ਨਹੀਂ ਪੈਂਦੀਆਂ ਜਾ ਕੇ ਉਹ ਇੰਨਾ ਸਕਿਨ ਨੂੰ ਗਲੋ। ਔਰ ਜਿਹੜੀਆਂ ਕਿਤੇ ਲੇਡੀਜ਼ ਸਾਡੀਆਂ ਮਾਤਾ ਭੈਣਾਂ ਸੁਣ ਰਹੀਆਂ ਨੇ, ਕਿਸੇ ਨੂੰ ਬੇਬੀ ਹੋਣ ਵਾਲਾ ਹੋਵੇ ਤਾਂ ਉਹਨਾਂ ਦੇ ਜਿਵੇਂ ਪੇਟ 'ਤੇ ਸਟੈਚ ਮਾਰਕ ਆ ਜਾਂਦੇ ਆ ਨਾ, ਜੇ ਕਿਤੇ ਭੂ ਅੰਮ੍ਰਿਤ ਪਾਊਡਰ ਸਾਡਾ ਰੈਗੂਲਰ ਲੈਂਦੇ ਰਹਿਣ, ਉਹ ਬੇਸ਼ੱਕ ਕੋਈ ਬਿਮਾਰੀ ਹੈ ਨਹੀਂ ਹੈ, ਭੂ ਅੰਮ੍ਰਿਤ ਪਾਊਡਰ ਅੱਜ ਹੀ ਆਰਡਰ ਉਡਰ ਕਰਕੇ ਮੰਗਾ ਲਓ, ਘਰ 'ਚ ਖਤਮ ਨਾ ਆਉਣ ਦਿਓ ਇਹਨੂੰ, ਇਹ ਹੈ ਹੀ ਅੰਮ੍ਰਿਤ ਹੈ। ਔਰ ਇਹ ਸਾਰੀਆਂ ਕੁੜੀਆਂ, ਮੁੰਡੇ, ਮੇਲ ਫੀਮੇਲ, ਮਤਲਬ ਬਜ਼ੁਰਗ, ਲੇਡੀ, ਹਰ ਵਾਸਤੇ, ਹਰ ਇੱਕ ਵਾਸਤੇ, ਕਿਉਂਕਿ ਤੁਹਾਡਾ ਇੱਕ ਲੀਵਰ ਜਿਹੜਾ ਨਾ ਜੀ, ਉਹ ਤੁਹਾਡਾ ਜਿਹਨੂੰ ਅਸੀਂ ਕਹਿ ਦਈਏ ਹੈਲਥ ਬੈਂਕ ਹੈ, ਜਿਵੇਂ ਕੈਸ਼ ਬੈਂਕ ਹੁੰਦਾ ਨਾ, ਇਹ ਹੈਲਥ ਦਾ ਬੈਂਕ ਹੈ। ਜੋ ਕੁਛ ਬਣਨਾ ਲੀਵਰ ਤੋਂ ਸ਼ੁਰੂ ਹੋਣਾ, ਲੀਵਰ 'ਚ ਹੀ ਖਤਮ ਕਰਨਾ, ਤਾਂ ਲੀਵਰ ਨੂੰ ਸਵੱਸਥ ਰੱਖਣ ਵਾਸਤੇ ਅਗਰ ਤੁਸੀਂ
ਕਿਸੇ ਵੀ ਵਿਦਵਾਨ ਵੈਦ ਨਾਲ ਗੱਲ ਕਰੋਗੇ ਤਾਂ ਉਹ ਜ਼ਰੂਰ ਕਹਿਣਗੇ ਕਿ ਵੈਦਵਾਨ ਕੰਪਨੀ ਦਾ ਜਿਹੜਾ ਇਹ ਬੂ ਅੰਮ੍ਰਿਤ ਪਾਊਡਰ ਬਣਿਆ ਹੋਇਆ, ਵਾਕਈ ਇਹਦੇ ਵਿੱਚ ਜਿਹੜੀਆਂ ਤਿੰਨ ਚੀਜ਼ਾਂ ਦਾ ਕੰਬੀਨੇਸ਼ਨ ਹੈ, ਗ੍ਰੰਥਿਕ ਯੋਗ ਹੈ, ਇਹ ਸਾਡੇ ਸਰੀਰ ਨੂੰ ਸੈੱਟ ਕਰਨ ਵਾਸਤੇ ਆ। ਹੋ ਸਕਦਾ ਇਹ ਗੱਲਾਂ ਤੁਹਾਡੇ ਉੱਪਰੋਂ ਲੰਘ ਜਾਣ ਮੈਡਮ, ਪਰ ਇਹਨਾਂ ਨੂੰ ਅੰਦਰ ਪਾ ਲਿਓ ਇਹਨਾਂ ਗੱਲਾਂ ਨੂੰ, ਕਿਉਂਕਿ ਬੂ ਅੰਮ੍ਰਿਤ ਪਾਊਡਰ ਔਰ ਜਿਹੜੀਆਂ ਸਕਿਨ ਟੋਨਰ ਦੋ ਤਿੰਨ ਚੀਜ਼ਾਂ ਨੇ, ਇੱਕ ਨਾਭੀ ਟੱਚ ਤੇਲ ਮੈਂ ਤੁਹਾਨੂੰ ਦੱਸਿਆ, ਇਹ ਤਾਂ ਕਦੀ ਵੀ ਨਾ ਛੱਡਿਓ। ਇੱਕ ਆਪਣੇ ਜਿਹੜਾ ਘਰੇਲੂ ਮੈਂ ਦੱਸਿਆ ਤੁਹਾਨੂੰ ਕਿ ਕੋਕੋਨਟ ਆਇਲ, ਕੋਕੋਨਟ ਆਇਲ ਨੂੰ ਨੇਲਸ ਦੇ ਥਰੂ ਆਪਾਂ ਬੋਡੀ ਨੂੰ ਇੱਕ ਤੇਲ ਦੇਣ ਦਾ ਕੰਮ ਡੇਲੀ ਕਰੋ, ਕੌਣ ਰੋਕਦਾ ਆਪਾਂ ਨੂੰ, ਕੋਈ ਪ੍ਰੋਬਲਮ ਨਹੀਂ। ਔਰ ਕੋਕੋਨਟ ਆਇਲ ਜਦੋਂ ਤੁਸੀਂ ਯੂਜ਼ ਕਰਨਾ ਸ਼ੁਰੂ ਕਰੋਗੇ, ਤੁਸੀਂ ਦੇਖੋਗੇ ਚੇਂਜ ਕਿੰਨੀ ਆਉਂਦੀਆਂ ਨੇ ਸਕਿਨ ਦੇ ਵਿੱਚ, ਔਰ ਤੁਹਾਡੇ ਸੁਭਾਅ 'ਚ ਚੇਂਜ ਆਊਗੀ, ਕਿਉਂਕਿ ਸੋਫਟ ਕਰਦਾ ਸਾਡੇ ਨਰਵ ਸਿਸਟਮ। ਸਰ ਆਪਾਂ ਜਿੱਦਾਂ ਬਿਊਟੀ ਦੀ ਗੱਲ ਕੀਤੀ, ਤੇ ਆਪਣੇ ਜਿੱਦਾਂ ਨੇਲਸ ਬਹੁਤ ਜ਼ਿਆਦਾ ਟੁੱਟਦੇ ਨੇ ਤੇ ਬਹੁਤ ਹੀ ਵੀਕ ਨੇ, ਮੈਨੂੰ ਤਾਂ ਏਦਾਂ ਲੱਗਦਾ ਕਿ ਅਗਰ ਮੈਂ ਨੇਲਸ ਵਧਾ ਵੀ ਨਹੀਂ ਸਕਦੀ, ਕੋਈ ਐਕਸਟੈਂਸ਼ਨਸ ਨਹੀਂ ਕਰਵਾ ਸਕਦੀ, ਅਗਰ ਮੈਂ ਕਰਵਾ ਵੀ ਲੈਂਦੀ ਹਾਂ ਤਾਂ ਉਹ ਤਾਂ ਓਬਵੀਅਸਲੀ ਵੀਕ ਹੋਣੇ ਹੋਣੇ ਆ, ਅਦਰਵਾਈਜ਼ ਵੀ ਮੇਰੇ ਬਹੁਤ ਵੀਕ ਰਹਿੰਦੇ ਆ, ਉਹ ਕਿਉਂ? ਨੇਲ ਜਿਹੜਾ ਵੀਕ ਹੁੰਦਾ ਨਾ ਜੀ, ਨਾਖੁਨ ਸਾਡੇ ਕਈ ਲੋਕਾਂ ਦੇ ਵੀ ਹੁੰਦੇ ਆ, ਔਰ ਜਿੱਦਾਂ ਨਾ ਕਈਆਂ ਦੇ ਨਾਂਹ ਦੇ ਉੱਤੇ ਛਲਨੀ ਜੀ ਬਣ ਜਾਂਦੀ ਹੈ, ਛਿਰਦ ਰਹੇ, ਉਹਦੇ ਵਾਸਤੇ ਸਭ ਤੋਂ ਬੈਸਟ ਮੈਂ ਪਹਿਲਾਂ ਕੋਕੋਨਟ ਤੇਲ ਤੁਹਾਨੂੰ ਦੱਸਿਆ, ਨਾਖੁਨ ਨੂੰ ਜ਼ਰੂਰ ਉਹ 'ਚ ਡਿਪ ਕਰੋ, ਤੁਹਾਨੂੰ ਜ਼ਮੀਨ ਅਸਮਾਨ ਦਾ ਫਰਕ ਨਜ਼ਰ ਆਊਗਾ। ਦੂਸਰਾ ਇਹ ਹੈਗਾ ਸਾਡੇ ਬ੍ਰੇਨ ਦੇ ਨਾਲ ਰਿਲੇਟਡ ਹੈ, ਨਾਖੁਨ ਹੋ ਗਏ ਔਰ ਬ੍ਰੇਨ ਹੋ ਗਿਆ, ਇਹ ਨਸਾਂ ਜੁੜੀਆਂ ਹੋਈਆਂ ਨੇ ਪੈਰਾਂ ਤੋਂ ਲੈ ਕੇ ਸਿਰ ਤੱਕ ਦੀਆਂ, 72,000 ਨਾੜੀਆਂ ਨੇ ਜਿਹੜੀਆਂ ਕਿ ਪੇਟ ਦੀ ਨਾਭੀ ਦੇ ਨਾਲ ਲਿੰਕ ਆ, ਧੁੰਨੀ ਦੇ ਨਾਲ ਲਿੰਕਡ ਨੇ। ਜਦੋਂ ਬੱਚਾ ਮਾਂ ਦੇ ਪੇਟ 'ਚ ਹੁੰਦਾ ਉਦੋਂ ਉੱਥੇ ਸਾਰੀ ਡਾਇਟ ਚੱਲਦੀ ਆ ਉਹਦੀ, ਇਹਦੇ ਬਾਰੇ ਜ਼ਿਆਦਾ ਵਿਆਖਿਆ ਨਹੀਂ ਕਰਨੀ, ਕਿਉਂਕਿ ਆਪਾਂ ਆਪਣੇ ਜਿਹੜੇ ਪੰਜਾਬੀ ਆ ਉਹ ਤਾਂ ਬੱਚਾ ਬੱਚਾ ਜਾਣਦਾ ਇਸ ਗੱਲ ਨੂੰ, ਕੋਈ ਦੱਸਣ ਦੀ ਲੋੜ ਨਹੀਂ। ਅਤੇ ਇਹ ਜਿਹੜੀ 72,000 ਸਾਡੀ ਨਸ ਹੈ, ਉਹਦਾ ਜਿਹੜਾ ਸਾਹ ਲੈਣਾ ਉਹ ਸਕਿਨ ਦੇ ਥਰੂ ਹੈ, ਔਰ ਜਿਹੜੀ ਨਾਖੂਨ ਹੈ ਇੱਥੇ ਜਦੋਂ ਅਸੀਂ ਤੇਲ ਲਗਾਉਂਦੇ ਹਾਂ ਤਾਂ ਸਾਡੀ ਸਕਿਨ ਸਾਹ ਲੈਂਦੀ ਆ। ਤੁਸੀਂ ਕਹਿੰਦੇ ਦੇਖੋ, ਮੈਂ ਅਕਸਰ ਐਗਜ਼ਾਮਪਲ ਦਿੰਦਾ ਰਹਿਣਾ ਕਿ ਜੇ ਅਸੀਂ ਹੱਥਾਂ ਨੂੰ ਕਵਰ ਕਰ ਦਈਏ, ਚਾਹੇ ਤਾਂ ਗਲਵਜ਼ ਨਾਲ ਕਰ ਦਈਏ ਜਾਂ ਕਿਸੇ ਵੀ ਚੀਜ਼ ਨਾਲ, ਜਦੋਂ ਅਸੀਂ ਇਹਨੂੰ ਕਵਰ ਕਰਦੇ ਹਾਂ ਤਾਂ ਸਾਡੇ ਹੱਥਾਂ ਨੂੰ ਇੱਕਦਮ ਪਸੀਨਾ ਆ ਜਾਂਦਾ, ਔਰ ਅਸੀਂ ਲਾ ਦਿੰਦੇ ਹਾਂ ਫਿਰ ਸਾਨੂੰ ਸਾਹ ਜਿਹਾ ਆਉਂਦਾ ਹੈ ਨਾ, ਸੌਖੇ ਜਿਹੇ ਹੋ ਜਾਂਦੇ ਹਾਂ, ਕੀ ਹੈ ਕਿ ਇਹਦਾ ਸਾਹ ਘੁੱਟ ਗਿਆ, ਦਮ ਘੁੱਟ ਗਿਆ, ਹੈ ਨਾ। ਅਤੇ ਉਹ ਚੀਜ਼ ਜਿਹੜੀ ਹੈ ਸਾਨੂੰ, ਜਿਵੇਂ ਹੁਣ ਆਪਾਂ ਘਰ ਜਾਂਦੇ ਹਾਂ ਕੰਮ ਕਾਰ ਤੋਂ ਫਰੀ ਹੋ ਕੇ, ਚਲੋ ਲੜਕੀਆਂ ਤਾਂ ਸੈਂਡਲ ਵਗੈਰਾ ਚੱਪਲ ਪਾਉਂਦੀਆਂ ਨੇ, ਮੇਲ ਜਿਵੇਂ ਘਰ ਜਾ ਕੇ ਇੱਕਦਮ ਸ਼ੂਜ਼ ਪਹਿਲਾਂ ਉਤਾਰੇਗਾ, ਬਾਕੀ ਸਾਰੀਆਂ ਚੀਜ਼ਾਂ ਬਾਹਰ ਚੱਲੋ, ਪੈਰਾਂ ਨੂੰ ਘੁੱਟਣ ਹੁੰਦੀ ਆ। ਤਾਂ ਇਹ ਜਿਹੜੀ ਸਾਡੀ ਨਾਖੂਨ ਆ, ਇਹਨਾਂ ਨੂੰ ਸਵਸਥ ਰੱਖਣ ਵਾਸਤੇ ਸਭ ਤੋਂ ਵਧੀਆ ਚੀਜ਼ ਤਾਂ ਹੈਗਾ ਕੋਕੋਨਟ ਔਰ ਦਹੀਂ। ਦਹੀਂ ਦੀ ਇੱਕ ਕਟੋਰੀ ਡੇਲੀ ਮੋਰਨਿੰਗ ਔਰ ਕਾਲੀ ਮਿਰਚ ਪਾ ਕੇ ਤੁਸੀਂ ਦੇਖਿਓ, ਤੁਸੀਂ ਦਿਨਾਂ ਚ ਕਹੋਗੇ ਵੀ ਗੋਲ ਸਾਹਿਬ ਇਹ ਤਾਂ ਕਮਾਲ ਦਾ ਰਿਜ਼ਲਟ ਆਇਆ ਸਾਨੂੰ, ਕੱਲਾ ਨਾਖੂਨ ਨਹੀਂ ਦੇ ਵਿੱਚ ਬਾਕੀ ਵੀ ਦੇਖੋਗੇ। ਮੈਂ ਸਰ ਐਕਚੁਅਲੀ ਪਹਿਲਾਂ ਦਹੀਂ ਦੇ ਮਤਲਬ ਮਿਲਕ ਪ੍ਰੋਡਕਟਸ ਲੈਂਦੀ ਸੀਗੀ, ਉਹ ਵੀ ਮੈਨੂੰ ਤਾਂ ਮਨਾ ਕੀਤਾ ਹੋਇਆ ਡਾਕਟਰ ਨੇ ਕਿ ਦਹੀਂ ਨਹੀਂ ਖਾਣਾ ਤੁਸੀਂ ਤੇ ਸਕਿਨ ਕਰਕੇ, ਕਿਉਂ ਕਾਲੀ ਮਿਰਚ ਕਹੀ ਆ ਉਹਦੇ ਵਿੱਚ, ਜਦੋਂ ਉਹਦੇ ਵਿੱਚ ਕਾਲੀ ਮਿਰਚ ਪੈ ਗਈ, ਉਹਨੇ ਜਿਹੜਾ ਦਹੀਂ ਦੇ ਵਿੱਚ ਐਕਸਟਰਾ ਫੈਟ ਹੈ ਜਾਂ ਕੋਈ ਵੀ ਇੱਦਾਂ ਦੀ ਚੀਜ਼ ਹੈ ਜਿਹੜੀ ਸਾਨੂੰ ਨੁਕਸਾਨ ਕਰੇਗੀ, ਉਹਨੇ ਉਹ ਕਾਲੀ ਮਿਰਚ ਤੋਂ ਵੱਡਾ ਐਂਟੀਬਾਇਓਟਿਕ ਹੈ ਹੀ ਨਹੀਂ ਕੋਈ। ਐਂਟੀਬਾਇਓਟਿਕ ਅਗਰ ਆਪਾਂ ਕਹਿੰਦੇ ਹਾਂ ਕੋਈ, ਐਂਟੀਬਾਇਓਟਿਕ ਸਭ ਤੋਂ ਵੱਡਾ ਕਾਲੀ ਮਿਰਚ ਹੈ, ਔਰ ਐਂਟੀਸੈਪਟਿਕ ਸਭ ਤੋਂ ਵੱਡਾ ਹਲਦੀ ਹੈ। ਇਹ ਦੋ ਚੀਜ਼ਾਂ ਸਾਡੇ, ਕਿਉਂ ਬਜ਼ੁਰਗ ਪਹਿਲੇ ਸਬਜ਼ੀਆਂ 'ਚ ਪਾ ਗਏ, ਕੋਈ ਰੰਗ ਬਦਲਣ ਲਈ ਥੋੜ੍ਹੀ ਪਾਈ ਦੀ, ਕਦੇ ਹਲਦੀ ਦਾ ਸਵਾਦ ਆਇਆ ਆਪਾਂ ਨੂੰ ਸਬਜ਼ੀ 'ਚ? ਨਹੀਂ ਨਾ ਆਉਂਦਾ, ਉਹ ਸਿਰਫ ਇਸ ਲਈ ਪਾਤੀ ਸੀ ਵੀ ਉਸ ਬਹਾਨੇ ਲੋਕੀ ਖਾ ਲੈਣਗੇ, ਹੈ ਨਾ, ਕਿਉਂਕਿ ਉਹਨਾਂ ਨੂੰ ਪਤਾ ਸੀ ਸਾਡੇ ਬੱਚਿਆਂ ਨੇ ਆਉਣ ਵਾਲੇ ਟਾਈਮ 'ਚ ਤਾਂ ਬਰਗਰ ਪੀਜ਼ਿਆਂ 'ਚ ਉਲਝ ਜਾਣਾ, ਅਤੇ ਉਹ ਹਲਦੀ ਸਾਡੀਆਂ ਸਬਜ਼ੀਆਂ 'ਚ ਪਾ ਗਏ ਪਹਿਲਾਂ ਹੀ, ਤਾਂ ਉਹ ਅਸੀਂ ਖਾਂਦੇ ਹਾਂ, ਕਾਲੀ ਮਿਰਚ ਖਾਂਦੇ ਹਾਂ, ਤਾਂ ਇਹ ਚੀਜ਼ਾਂ ਸਾਨੂੰ ਬਹੁਤ ਫਾਇਦਾ ਕਰਨਗੀਆਂ। ਔਰ ਦੂਜੀ ਗੱਲ ਮੈਂ ਤੁਹਾਨੂੰ ਦੱਸਦਾ, ਜਿਹੜੇ ਲੋਕਾਂ ਦੇ ਨਾਖੁਨ ਫਟਦੇ ਆ ਉਹ ਇੱਕ ਬੋਡੀ ਦਾ ਵੀਕਨੈਸ ਵੀ ਆ, ਇਹ ਜ਼ਰੂਰੀ ਨਹੀਂ ਕਿ ਤੁਹਾਡੇ 'ਤੇ ਲਾਗੂ ਹੋਵੇ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਨਾਖੁਨ ਦੀ ਪ੍ਰੋਬਲਮ ਹੈ, ਉਹਨਾਂ ਲਈ ਸਾਡੇ ਜਿਹੜੇ ਵੈਦ ਆ ਉਹਨਾਂ ਨੇ ਇੱਕ ਬਹੁਤ ਗੁੱਡ ਚੀਜ਼ ਬਣਾਈ ਹੋਈ ਹੈ, ਉਹਦਾ ਨਾਮ ਰੱਖਿਆ ਹੋਇਆ ਲੇਡੀਜ਼ ਵਾਸਤੇ ਰੈੱਡ ਬੁਲਬੁਲ, ਇੱਕ ਸਿਰਪ ਹੈ ਰੈੱਡ ਬੁਲਬੁਲ, ਨਾ ਸਾਡੇ ਵੈਦ ਜੀ ਕੁਛ ਅਸੀਂ ਰਲ ਕੇ ਹਾਂ ਇਸ ਲਈ ਰੱਖਦੇ ਹਾਂ ਕਿ ਤੁਹਾਡੇ ਵਰਗੇ ਸੋਹਣੇ ਸੋਹਣੇ ਲੋਕਾਂ ਨੇ ਖਾਣਾ ਹੁੰਦਾ, ਤੇ ਨਾਮ ਵੀ ਫਿਰ ਸੋਹਣੇ ਸੋਹਣੇ ਚਾਹੀਦੇ ਆ। ਇਹ ਦੇਖੋ ਇਹਦੇ ਵਾਸਤੇ ਨਾ ਬੜਾ ਵਧੀਆ ਇੱਕ ਸਾਡਾ ਵੈਦ ਜੀ ਨੇ ਬਣਾਇਆ ਪ੍ਰੋਡਕਟ, ਇਹਦਾ ਨਾਮ ਰੱਖਿਆ ਰੈੱਡ ਬੁਲਬੁਲ ਐਨਰਜੀ ਡਰਿੰਕ ਫੋਰ ਗਰਲਸ, ਐਨਰਜੀ ਡਰਿੰਕ ਬਹੁਤ ਸੋਹਣਾ ਨਾਮ ਹੈ ਸਰ। ਇਹ ਬੋਤਲ ਵੀ ਇਦਾਂ ਬਣਾਈ ਹੈ ਜਿੱਦਾਂ ਜਹਾਜ਼ 'ਚ ਨਹੀਂ ਮਿਲਦੀ ਹੁੰਦੀ, ਹਾਂਜੀ ਉਹ ਰੈੱਡ ਕੁਛ ਹੋਰ ਹੁੰਦਾ, ਇਹ ਰੈੱਡ ਬੁਲਬੁਲ ਬੋਡੀ ਵਾਸਤੇ। ਤੇ ਇਹ ਜਿਹੜਾ ਹੈਗਾ ਨਾ ਜੀ, ਇਹਦੇ ਜਿਵੇਂ ਅਸੀਂ ਲੋਕਾਂ ਨੂੰ ਦੱਸਦੇ ਹਾਂ ਕਿ 2 ਚਮਚ ਸੁਬਹਾ ਸੁਬਹਾ ਲੈ ਲਓ, ਕਿਉਂਕਿ ਦਿਨ 'ਚ ਲੇਡੀਜ਼ ਕੋਲ ਇੰਨੇ ਕੰਮ ਹੁੰਦੇ ਆ ਨਹੀਂ ਕਰ ਸਕਦੇ। ਇਹਨੂੰ ਬਣਾਇਆ ਇਸ ਤਰ੍ਹਾਂ ਗਿਆ ਕਿ ਇਹ ਸੁਬਹਾ ਸੁਬਹਾ 2 ਚਮਚ ਲੈ ਲਓ, ਰਾਤੀ ਬੈੱਡ ਟਾਈਮ ਫਿਰ ਲੈ ਲਓ, ਓਕੇ 4 ਚਮਚ ਡੇਲੀ ਲੈਣੇ ਆ। ਔਰ ਇਹਦੇ ਜਿਹੜੇ ਬੈਨੀਫਿਟ ਹੈ ਜੀ, ਉਹ ਮਤਲਬ ਲਾਜਵਾਬ ਬੈਨੀਫਿਟ ਆ।
ਇਹਦੇ ਵਿੱਚ ਵੱਡੀ ਚੀਜ਼ ਕੀ ਹੈ, ਅਸ਼ਵਗੰਧ ਸ਼ਤਾਵਰ ਸ਼ਿਲਾਜੀਤ ਦਾ ਮਿਸ਼ਰਣ, ਮਤਲਬ ਗਰਲਸ ਵਾਸਤੇ ਇਹਨੂੰ ਮੈਕਸੀਮਮ ਮਿਸ਼ਰਣ ਚ ਦਿੱਤਾ ਗਿਆ। ਫਿਰ ਇਹਦੀ ਵੱਡੀ ਚੀਜ਼ ਕੀ ਹੈ ਕਿ ਇਹ ਫੈਟ ਫਰੀ ਹੈ, ਇਹਨੂੰ ਉਹ ਵੀ ਲੈ ਸਕਦੇ ਆ ਜਿਹਨਾਂ ਨੂੰ ਮਤਲਬ ਵੇਟ ਕੰਸ਼ੀਅਸ ਰਹਿੰਦੇ ਨੇ ਜਿਹੜੇ, ਇੱਕ ਤਾਂ ਇਹ ਦਿੱਤਾ ਗਿਆ ਜੀ। ਇਹਦੇ ਨਾਲ ਦੇਖੋ ਨਾਖੂਨ ਵੀਕ ਹੁੰਦੇ ਆ, ਸਕਿਨ ਵੀਕ ਹੁੰਦੀ ਆ ਉਹਨੂੰ ਬਚਾਉਂਦਾ ਇਹ, ਵਾਲਾਂ ਨੂੰ ਬਚਾਉਂਦਾ, ਆਈਸਾਈਟ ਨੂੰ ਬਚਾਉਂਦਾ, ਤੇ ਫਿਰ ਜਿੰਨੀ ਹੱਡੀਆਂ ਵੀਕ ਹੁੰਦੀਆਂ ਨੇ ਉਹਨੂੰ ਬਚਾਉਂਦਾ, ਮਸਲਸ ਵੀਕ ਹੁੰਦੇ ਆ ਜਿਵੇਂ ਮਾੜਾ ਜਿਹਾ ਕੰਮ ਕੀਤਾ ਥਕਾਵਟ ਹੋ ਜਾਂਦੀ ਹੈ, ਜੀ ਤਾਂ ਕਰਦਾ ਵੀ ਲੇਟ ਜੀ ਪਰ ਕੰਮ ਇੰਨਾ ਹੁੰਦਾ ਲੇਟਿਆ ਵੀ ਨਹੀਂ ਜਾਂਦਾ, ਤੇ ਉਹ ਚੀਜ਼ ਦੇ ਉੱਤੇ ਜਿਵੇਂ ਬੈਕ ਮਸਲ ਪੇਨ ਹੋਣ ਲੱਗ ਜਾਂਦੇ ਆ ਕਈ ਵਾਰੀ ਲੇਡੀਜ਼ ਨੂੰ, ਇਹ ਬਹੁਤ ਪ੍ਰੋਬਲਮ ਨੇ, ਧਾਰ ਕੱਢਦੇ ਕੱਢਦੇ ਸਰੀਰ ਦੁਖਦਾ, ਤਾਂ ਉਹ ਹੋਰ ਬਹੁਤ ਕੰਮ ਨੇ। ਤਾਂ ਉਹਦੇ ਵਾਸਤੇ ਇਹ ਜਿਹੜੀ ਚੀਜ਼ ਬਣੀ ਹੈ ਅਸ਼ਵਗੰਧ ਸ਼ਤਾਵਰ ਤੇ ਸ਼ਿਲਾਜੀਤ ਦਾ ਮਿਸ਼ਰਣ ਹੈ, ਤੇ ਨਾਲ ਇਹਦੇ ਵਿੱਚ 22-23 ਜੜੀ ਬੂਟੀਆਂ ਹੋਰ ਵੀ ਨੇ, ਕਿਉਂਕਿ ਸਾਰੀਆਂ ਤਾਂ ਬੋਲੀਆਂ ਵੀ ਨਹੀਂ ਜਾਂਦੀਆਂ, ਪਰ ਸਾਡੀ ਇੱਕ ਇੱਕ ਜੜੀ ਬੂਟੀ ਮੈਂਸ਼ਨ ਹੁੰਦੀ ਆ। ਇਹ ਨਹੀਂ ਹੈ ਕਿ ਆਪਾਂ ਜਿਹੜੀ ਚੀਜ਼ ਦੇ ਰਹੇ ਹਾਂ ਲੋਕਾਂ ਨੂੰ ਉਹਨਾਂ ਨੂੰ ਪਤਾ ਹੀ ਨਾ ਹੋਵੇ ਅਸੀਂ ਪੀ ਕੀ ਰਹੇ ਹਾਂ, ਹੈਨਾ। ਘੱਟੋ ਘੱਟ ਕੋਈ ਵੀ ਏਜ ਗਰੁੱਪ ਦੀ ਲੇਡੀਜ਼ ਲੈ ਸਕਦੀ, ਹਾਂ ਹਰ ਏਜ ਗਰੁੱਪ ਦੀ ਲੇਡੀ। ਜਿੱਦਾਂ ਮੰਨ ਲਓ ਅਸੀਂ ਕਹਿ ਦਿੰਦੇ ਹੁੰਦੇ ਹਾਂ ਜਿਵੇਂ 10 ਸਾਲ ਦੀ ਅਗਰ ਗਰਲਸ ਨੂੰ ਪਿਲਾਉਣਾ ਸ਼ੁਰੂ ਕਰ ਦਿਓ ਤਾਂ ਉਹਨੂੰ ਆਉਣ ਵਾਲੇ ਟਾਈਮ ਚਾਹੇ 2-3 ਸਾਲ 5 ਸਾਲ 10 ਸਾਲ ਪੀ ਲਓ, ਕੋਈ ਦਿੱਕਤ ਨਹੀਂ ਆਉਂਦੀ। ਇੱਕ ਜਸਟ ਬਾਡੀ ਟੋਨਰ ਆ, ਤੇ ਇਹਦਾ ਕੀ ਕੰਮ ਹੈ ਕਿ ਜਿਵੇਂ ਗਰਲਸ ਨੂੰ ਪੀਰੀਅਡ ਸਟਾਰਟ ਹੁੰਦੇ ਆ ਤਾਂ ਉਸ ਟਾਈਮ ਉਹਨਾਂ ਨੂੰ ਕਈ ਦਿੱਕਤਾਂ ਹੁੰਦੀਆਂ ਨੇ ਨਿਊ ਏਜ ਦੇ ਵਿੱਚ, ਤਾਂ ਉਹ ਉਹਨਾਂ ਜਿਹੜੀਆਂ ਮਾਵਾਂ ਬਿਲਕੁਲ ਸਮਝਦਾਰ ਨੇ ਸਿਆਣੀਆਂ ਨੇ ਉਹ ਪਹਿਲਾਂ ਸ਼ੁਰੂ ਕਰ ਦਿੰਦੀਆਂ ਨੇ। ਰੈੱਡ ਬੁੱਲ ਬੁਲਵਾਰੇ ਤਾਂ ਬਹੁਤ ਦੇਰ ਤੋਂ ਸਾਡਾ ਹੈਗਾ, 1992 ਤੋਂ ਅਸੀਂ ਇਹ ਪ੍ਰੋਡਕਟ ਦੇ ਰਹੇ, ਇਹ ਕੋਈ ਅੱਜ ਕੱਲ੍ਹ ਦਾ ਨਹੀਂ ਹੈਗਾ। ਤੇ ਇਹ ਆਮ ਲੇਡੀਜ਼ ਨੂੰ ਇਹ ਸਾਡਾ ਬਹੁਤ ਫੇਮਸ ਪ੍ਰੋਡਕਟ ਆ ਗਰਲਸ ਵਾਸਤੇ, ਅਕਸਰ ਇਹ ਲੈਂਦੀਆਂ ਨੇ ਜਿਹੜੀਆਂ ਕੁੜੀਆਂ ਨੂੰ ਥੋੜ੍ਹਾ ਜਿਹਾ ਚੱਲਦੇ ਫਿਰਦੇ ਸਾਹ ਚੜ ਜਾਂਦਾ ਜਾਂ ਵੇਟ ਬਹੁਤ ਜ਼ਿਆਦਾ ਹੋ ਜਾਂਦਾ ਜਾਂ ਬਾਡੀ 'ਚ ਹੋਰ ਕਈ ਤਰ੍ਹਾਂ ਦੀਆਂ ਦਿੱਕਤ ਆਉਂਦੀਆਂ ਨੇ, ਉਹਦੇ ਵਾਸਤੇ ਇਹ ਸਾਡਾ ਇੱਕ ਬਹੁਤ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਹ ਸਪੈਸ਼ਲੀ ਗਰਲਸ ਵਾਸਤੇ, ਤਾਂ ਉਦਾਂ ਹੀ ਇਹੋ ਜਿਹਾ ਕੋਈ ਸੇਮ ਪ੍ਰੋਡਕਟ ਤੁਹਾਡਾ ਮੈਨ ਲਈ ਮੁੰਡਿਆਂ ਲਈ ਵੀ ਹੋਏਗਾ? ਮੁੰਡਿਆਂ ਲਈ ਵੀ ਹੁੰਦਾ ਜੀ, ਐਕਚੁਅਲੀ ਮੁੰਡਿਆਂ ਨੂੰ ਕਿਹਾ ਗਿਆ ਕਿ ਸਟਰੋਂਗ ਨੇ, ਪਰ ਉਹ ਇੰਨੇ ਸਟਰੋਂਗ ਨਹੀਂ ਹੁੰਦੇ ਜਿੰਨੀਆਂ ਗਰਲਸ ਸਟਰੋਂਗ ਹੁੰਦੀਆਂ ਨੇ। ਅਸੀਂ ਵੀ ਇੱਕ ਮੇਲ ਕਰੈਕਟਰ ਨੂੰ ਹੀ ਰਿਪ੍ਰਜੈਂਟ ਕਰ ਰਹੇ ਹਾਂ, ਸਾਨੂੰ ਪਤਾ ਹੈ ਕਿ ਮੇਲ ਦੇ ਕਿੰਨੇ ਕਿਸ ਤਰ੍ਹਾਂ ਦੇ ਪ੍ਰੋਬਲਮਸ ਹੁੰਦੇ ਆ, ਤੇ ਉਹਦੇ ਵਾਸਤੇ ਨਾ ਜੀ ਜਿਵੇਂ ਹੁਣ ਅਸੀਂ ਕਹਿੰਦੇ ਹੁੰਦੇ ਕਿ ਜਦੋਂ ਤੁਹਾਡਾ ਬੱਚਾ ਲੜਕਾ ਤਕਰੀਬਨ 5 ਜਾਂ 6 ਸਾਲ ਦੀ ਉਮਰ ਕ੍ਰੋਸ ਕਰ ਗਿਆ, ਤੁਹਾਨੂੰ ਫਿਕਰ ਪੈ ਜਾਂਦਾ ਇਹਦੀ ਹਾਈਟ ਨਹੀਂ ਬਣਦੀ ਜਾਂ ਇਹਦੀ ਮਤਲਬ ਹੈਲਥ ਅੱਛੀ ਨਹੀਂ ਰਹਿੰਦੀ, ਇਹਨੂੰ ਵਾਰ ਵਾਰ ਨਜ਼ਲਾ ਹੋਈ ਜਾਂਦਾ, ਇਹਨੂੰ ਵਾਰ ਵਾਰ ਬੁਖਾਰ ਚੜੀ ਜਾਂਦਾ ਜਾਂ ਇਹਨੂੰ ਬੁਖਾਰ ਚੜਦਾ ਹੀ ਰਹਿੰਦਾ ਜਾਂ ਮਤਲਬ ਇਹ ਬਾਕੀ ਬੱਚਿਆਂ ਨਾਲੋਂ ਵੀਕ ਆ, ਪੜ੍ਹਾਈ 'ਚ ਵੀ ਵੀਕ ਆ, ਹੋਰ ਵੀ ਕਈ ਚੀਜ਼ਾਂ ਹੁੰਦੀਆਂ ਨੇ, ਇਹ ਉਹਨਾਂ ਵਾਸਤੇ ਅਸੀਂ ਦਿੰਦੇ ਹੁੰਦੇ ਹਾਂ ZX। ਇਹਨੂੰ ਨਾ ZX ਐਨਰਜੀ ਦਾ ਨਾਮ ਦਿੱਤਾ ਗਿਆ, ਇਹ ZX ਇੱਕ ਐਨਰਜੀ ਟੋਪ ਸੀਰਪ ਹੈ। ਇਹ ਵੀ ਨਾ ਜੀ ਮਤਲਬ ਉਦੋਂ ਆਜ਼ਾਦ ਕੀਤਾ ਗਿਆ ਸੀ ਜਦੋਂ ਅਸੀਂ 1996 ਦੇ ਵਿੱਚ ਕੈਂਪ ਲਾਉਣੇ ਸ਼ੁਰੂ ਕੀਤੇ, ਅਵੇਅਰਨੈਸ ਕੈਂਪ, ਉਦੋਂ ਸਾਡੇ ਸਕੂਲਾਂ ਦੇ ਵਿੱਚ ਕੈਂਪ ਲੱਗੇ ਸੀ, ਸਕੂਲਾਂ 'ਚੋਂ ਸਾਨੂੰ ਪਤਾ ਲੱਗਿਆ ਕਿ ਬੱਚਿਆਂ ਦੀ, ਫਿਰ ਇਹਨੂੰ ਆਜ਼ਾਦ ਕੀਤਾ ਤਾਂ ਉਹਦੇ ਬਾਅਦ ਫਿਰ ਇਹ ਉਹ ਹਰ ਉਮਰ ਦੇ ਵਿੱਚ ਮਤਲਬ 100 ਸਾਲ ਦੇ ਬਜ਼ੁਰਗ ਤੱਕ ਵੀ, ਇਹਦੇ 2 ਚਮਚ ਮਾਰਨਿੰਗ ਈਵਨਿੰਗ ਇੱਦਾਂ ਹੀ ਦੇਣੇ, 4 ਚਮਚ, ਬਹੁਤ ਬੈਸਟ ਚੀਜ਼ ਹੈ। ਔਰ ਇਹਨੂੰ ਲੋਕ ਮਤਲਬ ਬਹੁਤ ਸਾਰੇ ਇਹ ਕਹਿ ਲਓ ਕਿ 3-3.5 ਲੱਖ ਤੋਂ ਉੱਪਰ ਹੈਗੇ ਲੋਕ ਜਿਹੜੇ ਸਾਡੇ ਨਾਲ ਜੁੜੇ ਹੋਏ ਪਰਿਵਾਰ, ਹਰ ਪਰਿਵਾਰ 'ਚ ਸਾਡੇ 2 ਪ੍ਰੋਡਕਟ ਤਾਂ ਪੱਕੇ ਨੇ ਵੀ ਜੈਂਟਸ ਨੂੰ ਅਤੇ ਲੇਡੀਜ਼ ਨੂੰ ਦੇਣਾ ਹੀ ਦੇਣਾ, ਤਾਂ ਕਿ ਇਹਦੇ ਨਾਲ ਬਾਡੀ ਦੀ ਐਨਰਜੀ ਜਿਹੜੀ ਆ ਉਹ ਹਮੇਸ਼ਾ ਬੂਸਟ ਰਹੇ। ਔਰ ਇੱਕ ਅਸੀਂ 3rd ਪ੍ਰੋਡਕਟ ਜ਼ਰੂਰ ਦਿੰਦੇ ਹਾਂ ਜਿਹੜਾ ਕਿ ਲਾਈਫ ਦੇ ਵਿੱਚ ਕੈਂਸਰ ਦਾ ਖਤਰਾ ਟਲ ਜਾਂਦਾ ਔਰ ਹਾਰਟ ਦੀਆਂ ਪ੍ਰੋਬਲਮ ਦਾ ਖਤਰਾ ਨਹੀਂ ਰਹਿੰਦਾ ਔਰ ਬ੍ਰੇਨ ਬਹੁਤ ਸ਼ਾਰਪ ਰਹਿੰਦਾ, ਉਹਦੇ ਵਾਸਤੇ ਅਸੀਂ ਦਿੰਦੇ ਹਾਂ ਵੀਟ ਗ੍ਰਾਸ। ਵੀਟ ਗ੍ਰਾਸ ਪਾਊਡਰ ਜਾਂ ਵੀਟ ਗ੍ਰਾਸ ਜਾਂ ਕਣਕ ਦੇ ਜਵਾਰੇ ਦੀਆਂ ਗੱਲਾਂ ਬਹੁਤ ਹੁੰਦੀਆਂ ਨੇ ਜੀ, ਬਹੁਤ ਹੁੰਦੀਆਂ ਨੇ। ਮੈਂ ਕਹਿੰਦਾ ਹਰ ਇਨਸਾਨ ਅੱਛਾ ਕਰਨ ਦੀ ਕੋਸ਼ਿਸ਼ ਵੀ ਕਰਦਾ ਪਰ ਕਈ ਵਾਰੀ ਇਹ ਹੁੰਦਾ ਕਿ ਉਹਨਾਂ ਚੀਜ਼ਾਂ ਦੇ ਉੱਤੇ ਅਗਰ ਕਿਤੇ ਕਿਸੇ ਇਸ ਤਰ੍ਹਾਂ ਦੇ ਐਕਸਪੀਰੀਅੰਸ ਬੰਦੇ ਦਾ ਹੱਥ ਆ ਜਾਏ ਜਿਹਨੇ ਆਪਣੀ ਜ਼ਿੰਦਗੀ ਨਾਲ ਹੰਢਾਇਆ ਹੋਵੇ। ਇੱਕ ਸਾਡੇ ਬਹੁਤ ਅੱਛੇ ਕਰੈਕਟਰ ਹੈ ਜਿਨ੍ਹਾਂ ਨੇ ਸਾਨੂੰ ਇਹ ਇੰਟਰੋਡਿਊਸ ਕਰਾਇਆ ਪ੍ਰੋਡਕਟ, ਉਹਨਾਂ ਨੇ ਆਪ 22-23 ਕਿੱਲੇ ਜ਼ਮੀਨ ਦੇ ਵਿੱਚ ਨਾਲ ਸਾਨੂੰ ਵੀ ਉਹਨਾਂ ਨੇ ਰਲਾ ਲਿਆ ਫਿਰ, ਅਤੇ ਉੱਥੇ ਇੱਕ ਮਤਲਬ ਕਣਕ ਦੇ ਜਵਾਰੇ ਦਾ ਕੰਮ ਕੀਤਾ, ਉੱਥੇ ਪ੍ਰੋਸੈਸਿੰਗ ਉਹਦਾ ਨਾਲ ਯੂਨਿਟ ਲਗਾਇਆ ਜਿਹਦੇ ਥਰੂ ਵੀਟ ਗ੍ਰਾਸ ਪਾਊਡਰ ਬਣਿਆ। ਹੁਣ ਲੋਕ ਕਈ ਸਾਡੇ ਬਹੁਤ ਅੱਛੇ ਲੋਕ ਨੇ, ਮੈਂ ਉਹਨਾਂ ਦਾ ਬਹੁਤ ਸਲਿਊਟ ਕਰਦਾ ਮੈਂ ਉਹਨਾਂ ਨੂੰ, ਜਿਹੜੇ ਸਵੇਰੇ ਸਵੇਰੇ ਪਾਰਕਾਂ ਦੇ ਅੱਗੇ ਆਪਣਾ ਠੇਲਾ ਲਾ ਕੇ ਬਕਾਇਦਾ ਲੋਕਾਂ ਨੂੰ ਜੂਸ ਜਾਸ ਪਿਲਾਉਂਦੇ ਆ, ਜਿਹੜੇ ਹੈਲਥ ਕੌਨਸ਼ੀਅਸ ਲੋਕ ਨੇ ਉਹ ਪੀਂਦੇ ਵੀ ਆ, ਪਰ ਉਹਦੇ ਨਾਲੋਂ ਕਈ ਜ਼ਿਆਦਾ ਹਾਈਜੀਨਿਕ ਚੀਜ਼ਾਂ ਸਾਨੂੰ ਧਿਆਨ ਦੇਣਾ ਪਊਗਾ, ਔਰਗੈਨਿਕ ਅਤੇ ਹਾਈਜੀਨਿਕ। ਹਾਈਜੀਨਿਕ ਕੀ ਆ, ਔਰਗੈਨਿਕ ਕੀ ਆ, ਕਿ ਜਦੋਂ ਕੋਈ
ਇੱਕ ਮਸ਼ੀਨੀ ਪ੍ਰੋਸੈਸ ਚੋਂ ਨਿਕਲਦਾ ਜਿਹਦੇ 'ਤੇ ਇੱਕ ਹੱਥ ਵੀ ਨਹੀਂ ਲੱਗਦਾ ਇਨਸਾਨ ਦਾ, ਇਨਸਾਨ ਦਾ ਉਸ ਚੀਜ਼ ਨੂੰ, ਉਹ ਪ੍ਰੋਸੈਸ ਦੀ ਗੱਲ ਕਰ ਰਿਹਾ। ਇਹ ਬਣਦਾ ਵੀਟ ਗ੍ਰਾਸ ਫਾਈਨ ਪਾਊਡਰ, ਇਹ ਆਮ ਨਹੀਂ ਹੈਗਾ ਜੀ, ਆਮ ਤੇ ਜਿੱਦਾਂ ਮਰਜ਼ੀ ਲੈ ਲਓ, ਇਹ ਆਮ ਨਹੀਂ ਹੈ। ਇਹ ਇਹ ਉਹ ਚੀਜ਼ ਹੈ ਜਿਹੜੀ ਮਤਲਬ ਕਿ ਇੱਕ ਜਿਹਨੂੰ ਪਤਾ ਹੈ ਵੀ ਵੀਟ ਗ੍ਰਾਸ ਮਤਲਬ ਮੈਂ ਲੈਣਾ ਤੇ ਵੀਟ ਗ੍ਰਾਸ ਦਾ ਮਤਲਬ ਕੀ ਹੈ, ਤਾਂ ਉਹ ਜਿਹਦੇ ਤੇ ਵੈਦਵਾਨ ਲਿਖਿਆ ਗਿਆ। ਮੈਂ ਇੱਕ ਗੱਲ ਹੋਰ ਕਹਿਣਾ ਹੁੰਦਾ ਕਿ ਜਿਹੜੇ ਵੀ ਪ੍ਰੋਡਕਟ ਦੇ ਉੱਤੇ ਵੈਦਵਾਨ ਲਿਖਿਆ ਹੋਇਆ ਤਾਂ ਇਹ ਸਮਝ ਲਓ ਵੀ ਉਹ ਗੌਰਮੈਂਟ ਤੋਂ ਸਰਟੀਫਾਈਡ ਔਰ ਬਿਲਕੁਲ ਪਿਓਰਿਟੀ ਨਾਲ ਭਰਪੂਰ ਹੈ ਉਹ। ਅਸੀਂ ਆਪਣਾ ਹੋਰ ਸਭ ਕੁਛ ਖਰਾਬ ਹੋਣ ਦੇ ਸਕਦੇ ਹਾਂ, ਅਸੀਂ ਨਾਮ ਖਰਾਬ ਨਹੀਂ ਹੋਣ ਦੇ ਸਕਦੇ ਕੰਪਨੀ ਦਾ। ਇਸ ਕਰਕੇ ਪ੍ਰੋਡਕਟ ਦੇ ਵਿੱਚ ਜਿੱਥੇ ਵੈਦਵਾਨ ਲਿਖਿਆ ਗਿਆ, ਜਿਵੇਂ ਸਾਡਾ ਐਕਸ ਪਲੱਸ ਗੋਲਡ ਕੈਪਸੂਲ ਹੈ, ਵੈਦਵਾਨ ਲਿਖਿਆ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ, ਕਾਲਾ ਗੂੰਦ ਕੈਪਸੂਲ ਹੈ, ਉਹ ਤੇ ਵੀ ਵੈਦਵਾਨ ਲਿਖਿਆ। ਤਾਂ ਇਹ ਇਹ ਜਦੋਂ ਵੈਦਵਾਨ ਦਾ ਸਟੈਂਪ ਲੱਗਦਾ ਤਾਂ ਪਿਓਰਿਟੀ ਦਾ ਸਟੈਂਪ ਹੈ। ਇਸੇ ਤਰ੍ਹਾਂ ਇਹ ਵੀਟ ਗ੍ਰਾਸ, ਹੁਣ ਤੁਸੀਂ ਇਹ ਇਹ ਮੈਂ ਤੁਹਾਨੂੰ ਰਿਕਮੈਂਡ ਹੀ ਕਰੂੰਗਾ, ਮੈਂ ਤੁਹਾਨੂੰ ਦਊਂਗਾ ਵੀ ਇਹ ਗਿਫਟ ਕਰੂੰਗਾ ਇਹ ਜਿਹੀਆਂ ਚੀਜ਼ਾਂ, ਕੁਛ ਤੁਸੀਂ ਯਾਦ ਕਰੋਗੇ। ਮਤਲਬ ਜਿੱਦਾਂ ਇਹਦਾ ਇੱਕ ਚਮਚ ਡੇਲੀ ਇੱਕ ਗਲਾਸ ਕੋਸੇ ਪਾਣੀ 'ਚ, ਮਤਲਬ ਨੋਰਮਲ ਜਿਹਾ ਕੋਸਾ ਕਰਕੇ ਸਵੇਰੇ ਸਵੇਰੇ ਉਹ 'ਚ ਘੋਲ ਦੇਣਾ, ਰਾਤ ਨੂੰ ਨਹੀਂ ਘੋਲਣਾ, ਸਵੇਰੇ ਉੱਠ ਕੇ ਪਹਿਲਾਂ ਕੰਮ ਸੋਚੋ ਵੀ ਇਹੀ ਕਰਨਾ, ਬਾਬਾ ਜੀ ਦਾ ਨਾਂ ਲੈਣਾ, ਗੁਰੂ ਮਹਾਰਾਜ ਦਾ ਨਾਂ ਲੈ ਕੇ ਉਹਦੇ ਬਾਅਦ ਪਹਿਲਾ ਕੰਮ ਇਹੀ ਕਰਨਾ, ਘੋਲ ਕੇ ਉਹਨੂੰ ਢੱਕ ਕੇ ਰੱਖ ਦੋ। ਜਿਹੜਾ ਢੱਕਣਾ ਉਹ ਬੰਦ ਢੱਕਣ ਨਹੀਂ, ਜਾਲੀ ਜੀ ਵਾਲਾ ਢੱਕਣ ਹੋਣਾ ਚਾਹੀਦਾ, 'ਚ ਏਅਰ ਵੈਂਟੀਲੇਟ ਹੋ, ਉਹਨੂੰ ਢੱਕ ਕੇ ਰੱਖ ਦਿਓ। ਤੁਸੀਂ ਤੁਸੀਂ ਜਿੰਨੀ ਦੇਰ 'ਚ ਟੋਇਲਟ ਬਾਥਰੂਮ 'ਚੋਂ ਫਰੈਸ਼ ਹੋ ਕੇ ਫ੍ਰੀ ਹੋ ਕੇ ਆਓਗੇ, 10-15 ਮਿੰਟ 'ਚ ਇਹਨੇ ਆਪਦਾ ਐਕਸਟ੍ਰੈਕਟ ਰੂਪ ਲੈ ਲੈਣਾ, ਇਹਨੂੰ ਆ ਕੇ ਫਿਰ ਇੱਕ ਵਾਰੀ ਘੋਲ ਕੇ ਸਿਪ ਕਰ ਕਰਕੇ ਪੀ ਲਓ। ਨਾ ਕੋਈ ਇਹਦਾ ਸਵਾਦ ਹੈ, ਨਾ ਕੋਈ ਇਹਦਾ ਕਲਰ ਹੈ, ਨਾ ਕੋਈ ਇਹਨੇ ਤੁਹਾਨੂੰ ਆਨੰਦ ਦੇਣਾ। ਉਸ ਟਾਈਮ ਤੁਹਾਨੂੰ ਐਂ ਲੱਗੂਗਾ ਵੀ ਪਤਾ ਨਹੀਂ ਗੋਇਲ ਸਾਹਿਬ ਨੇ ਕੀ ਕੰਮ ਲਾ ਤਾ। 3-4-5 ਮਹੀਨਿਆਂ ਤੋਂ ਬਾਅਦ ਜਿਹੜਾ ਸਰੀਰ ਥੱਕਿਆ ਰਹਿੰਦਾ ਸੀ, ਸਰੀਰ ਟੁੱਟਿਆ ਰਹਿੰਦਾ ਸੀ, ਸਵੇਰੇ ਉੱਠ ਕੇ ਲੱਗਦਾ ਸੀ ਵੀ ਅੱਜ ਫਿਲਮ ਤਾਂ ਬਣਾਉਣੀ ਹੈ, ਸਿਰੇ ਵੀ ਚੜ੍ਹਾਉਣੀ ਹੈ, ਜਾਣਾ ਵੀ ਪਊਗਾ, ਉਹ ਨਹੀਂ ਹੋਊਗਾ। ਇਹ ਹੋਊਗਾ ਵੀ ਅਕਸ਼ੇ ਕੁਮਾਰ ਵਾਂਗੂ ਪਹਿਲਾਂ ਖੜੇ ਆ। ਨਹੀਂ ਸਰ, ਤੁਸੀਂ ਇਹ ਬਹੁਤ ਯੂਸਫੁਲ ਇਨਫੋਰਮੇਸ਼ਨ ਦਿੱਤੀ। ਆਪਾਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਹੀ ਕਿੰਨੇ ਜ਼ਿਆਦਾ ਕੈਂਸਰ ਦੇ ਕੇਸਿਸ ਵੱਧ ਚੁੱਕੇ ਨੇਗੇ, ਤੇ ਮੇਰੇ ਖਿਆਲ 'ਚ ਇਹ ਤਾਂ ਸਭ ਨੂੰ ਅਪਣਾ ਲੈਣਾ ਚਾਹੀਦਾ। ਵੀਟ ਗ੍ਰਾਸ ਤਾਂ ਮੈਂ ਕਹਿੰਦਾ ਜੀ ਪਹਿਲੇ ਦਿਨ ਦੇ ਜਿਹੜਾ ਬੱਚਾ ਪੈਦਾ ਹੁੰਦਾ ਜਿਵੇਂ ਗੁੜਤੀ ਦਿੰਦੇ ਆ ਉਦੋਂ ਸ਼ੁਰੂ ਕਰ ਦੋ। ਜੇ ਤੁਸੀਂ ਮੇਰੀ ਗੱਲ ਸੁਣੋ, ਬੀਪੀ ਦੀ ਪ੍ਰੋਬਲਮ ਵੀ ਠੀਕ ਹੁੰਦੀ ਹੈ, ਬੀਪੀ ਦੀ ਪ੍ਰੋਬਲਮ ਇਹਦੇ ਨਾਲ ਠੀਕ ਹੁੰਦੀ ਹੈ ਜੀ, ਸਕਿਨ ਦੀਆਂ ਪ੍ਰੋਬਲਮ ਇਹਦੇ ਨਾਲ ਠੀਕ ਹੁੰਦੀਆਂ ਨੇ, ਨਾਭੀ ਚੱਕਰ ਜਿਨ੍ਹਾਂ ਦੀ ਧਰਨ ਹਿੱਲ ਜਾਂਦੀ ਹੈ ਉਹ ਇਹਦੇ ਨਾਲ ਠੀਕ ਹੁੰਦੀ ਹੈ। ਇਹ ਮੈਂ 3-4 ਚੀਜ਼ਾਂ ਤੁਹਾਨੂੰ ਫਲੋ 'ਚ ਦੱਸੀਆਂ ਨੇ ਜੀ, ਨਾਭੀ ਜਿਨ੍ਹਾਂ ਦੀ ਧਰਨ ਹਿੱਲਦੀ ਹੈ, ਨਾਭੀ ਟੱਚ ਤੇਲ ਪਲੱਸ ਬੀਟ ਗ੍ਰਾਸ ਹੋ ਗਿਆ, ਰੈੱਡ ਬੁਲਬੁਲ ਹੋ ਗਿਆ, ਜੈੱਡ ਐਕਸ ਐਨਰਜੀ ਟੋਨਿਕ ਹੋ ਗਿਆ, ਬੂ ਅੰਮ੍ਰਿਤ ਪਾਊਡਰ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਨਾ ਜੀ, ਇਹ ਲਾਈਫ ਨੂੰ ਪੋਸ਼ਣ ਕਰਨ ਦੀਆਂ ਨੇ। ਆਪਾਂ ਕੋਈ ਮੈਡੀਸਿਨ ਨਹੀਂ ਦੱਸ ਰਹੇ ਲੋਕਾਂ ਨੂੰ, ਕੋਈ ਬਿਮਾਰੀਆਂ ਠੀਕ ਨਹੀਂ ਕਰ ਰਹੇ। ਤੁਸੀਂ ਮੈਨੂੰ ਉਹ ਚੀਜ਼ਾਂ ਪੁੱਛੀਆਂ ਨੇ ਜਿਹੜੀਆਂ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਤੁਸੀਂ ਕਿਸ ਤਰ੍ਹਾਂ ਪੁੱਛ ਲਈਆਂ ਅਤੇ ਕਿਸ ਤਰ੍ਹਾਂ ਮੈਂ ਤੁਹਾਨੂੰ ਇੰਟਰੋਡਿਊਸ ਕਰਾ ਦਿੱਤੀਆਂ ਨੇ। ਔਰ ਇਹ ਸਾਰੀਆਂ ਚੀਜ਼ਾਂ ਮਤਲਬ ਕਿ ਬਹੁਤ ਗੁੱਡ ਫੋਰ ਹੈਲਥ ਨੇ, ਔਰ ਬਹੁਤ ਹੀ ਮਤਲਬ ਇਹ ਸਮਝ ਲਓ ਕਿ ਜਿਹੜੇ ਬੱਚੇ ਪੈਦਾ ਹੋ ਰਹੇ ਆ ਅੱਜ ਕੱਲ੍ਹ, ਉਹਨਾਂ ਦੇ ਜਿਹੜੇ ਬੋਡੀ ਦੇ ਵਿੱਚ ਜੀਨਸ ਹੈ ਵੀਕ ਹੋ ਰਹੇ ਆ, ਉਹਨਾਂ ਦਾ ਸਭ ਤੋਂ ਵੱਡਾ ਮੁੱਖ ਕਾਰਨ ਹੈ ਕਿ ਅੱਜ ਕੱਲ੍ਹ ਸਾਡੇ ਮੇਲ ਫੀਮੇਲਸ ਥੋੜ੍ਹਾ ਜਿਹਾ ਨਸ਼ਿਆਂ 'ਚ ਵੀ ਗੁਲਤਾਨ ਹੋ ਗਏ, ਔਰ ਜਿਹੜੇ ਨਸ਼ਿਆਂ 'ਚ ਗੁਲਤਾਨ ਨਹੀਂ ਹੈਗੇ, ਬਾਬਾ ਜੀ ਦੀ ਜਿਨ੍ਹਾਂ 'ਤੇ ਬਹੁਤ ਰਹਿਮਤ ਹੈ, ਕਿਰਪਾ ਹੈ, ਉਹਨਾਂ ਦੇ ਵੀ ਜਿਹੜੇ ਖਾਣ ਪਾਣ ਨੇ ਉਹ ਥੋੜ੍ਹੇ ਜਿਹੇ ਉੱਪਰ ਨੀਚੇ ਹੋਣ ਕਰਕੇ ਸਾਡੇ ਸਪਰਮ ਸੁਪਰਮ ਵੀਕ ਹੋਏ ਪਏ ਆ। ਬੱਚਿਆਂ ਦੇ ਉੱਤੇ ਉਹ ਵਾਲੀ ਗੱਲ ਨਹੀਂ ਹੈਗੀ ਜਿਹੜੀ ਪਹਿਲਾਂ, ਮਤਲਬ ਬੱਚਾ ਪੈਦਾ ਹੁੰਦਾ ਸੀ ਉਹਦੀਆਂ ਮਤਲਬ ਉਹਦੇ ਅੰਗ ਲੱਭਣੇ ਔਖੇ ਹੁੰਦੇ ਸੀ, ਉਹਦੀਆਂ ਅੱਖਾਂ ਕਿੱਥੇ ਨੇ, ਕੰਨ ਕਿਉਂਕਿ ਗੋਲੂ ਮੋਲੂ ਪੈਦਾ ਹੁੰਦੇ ਸੀ ਬੱਚੇ। ਹੁਣ ਤਾਂ ਵਿਚਾਰੇ ਬੱਚੇ ਵੀ ਦੋ ਦੋ ਢਾਈ ਢਾਈ ਕਿਲੋ ਦੇ ਮਸਾਂ, ਅਤੇ ਉਹ ਚੀਜ਼ਾਂ ਵਾਸਤੇ ਅਸੀਂ ਕਹਿੰਦੇ ਹਾਂ ਕਿ ਡੇ 1 ਤੋਂ ਹੀ ਬੱਚਿਆਂ ਨੂੰ ਆਯੁਰਵੈਦਿਕ ਸਿਸਟਮ ਜਾਂ ਤੁਹਾਡੇ ਨੇੜੇ ਘਰ ਦੇ ਕੋਈ ਵੈਦ ਆ ਉਹਨਾਂ ਦੀ ਸਲਾਹ ਦੇ ਨਾਲ ਬੱਚਿਆਂ ਦਾ ਪੋਸ਼ਣ ਕਰਨਾ, ਕਿਉਂਕਿ ਅੱਗੇ ਤਾਂ ਸਾਡੀਆਂ ਦਾਦੀਆਂ ਵੈਦ ਹੁੰਦੀਆਂ ਸੀ, ਨਾਨੀਆਂ ਵੈਦ ਹੁੰਦੀਆਂ ਸੀ। ਹੁਣ ਵਿਚਾਰਾ ਬੱਚਾ ਪੈਦਾ ਹੁੰਦਾ, ਜਦੋਂ ਹੋਸ਼ ਆਉਂਦੀ ਆ ਉਹਨੂੰ ਪੁੱਛਦਾ ਮੇਰੀ ਦਾਦੀ ਹੈਗੀ, ਉਹ ਕਹਿੰਦੇ ਨਾ ਪੁੱਤ। ਮਤਲਬ ਹੁਣ ਉਹ ਗੱਲਾਂ ਰਹੀਆਂ ਨੀ ਜੀ, ਅਸੀਂ ਕਿਉਂਕਿ ਜੁਆਇੰਟ ਫੈਮਿਲੀਆਂ ਤੋਂ ਵੀ ਪਰੇ ਹੋ ਗਏ ਹਾਂ। ਸਾਡੇ ਨਾਲ ਮੈਡਮ ਪ੍ਰਭ ਗਰੇਵਾਲ ਤੇ ਹਸ਼ਨੀਨ ਮੈਡਮ ਨੇ ਪੂਰਾ ਇੰਜੋਏ ਕੀਤਾ, ਔਰ ਲੋਕਾਂ ਦੇ ਉਹ ਸਵਾਲ ਸਾਨੂੰ ਪੁੱਛੇ ਜਿਹੜੇ ਕਿ ਆਮ ਪਬਲਿਕ ਨੂੰ ਵੀ ਇਹਨਾਂ ਚੀਜ਼ਾਂ ਦੀ ਲੋੜ ਹੈ। ਤੇ ਅੱਜ ਤੁਹਾਡਾ ਬਹੁਤ ਫਿਰ ਇੱਕ ਵਾਰੀ ਧੰਨਵਾਦ ਜੀ, ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ, ਔਰ ਜਿੰਨੇ ਵੀ ਦਰਸ਼ਕਾਂ ਨੇ ਇਸ ਸ਼ੋਅ ਨੂੰ ਇੰਜੋਏ ਕੀਤਾ ਉਹਨਾਂ ਨੂੰ ਵੀ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਕਿਉਂ ਹੋ ਗਏ ਨਾ ਹੈਰਾਨ, ਇਹ ਚਮਤਕਾਰ ਕਿਵੇਂ ਹੋਇਆ? ਉਹ ਇਹ ਚਮਤਕਾਰ ਕੀਤਾ ਵੈਦਬਾਨ ਦੇ ਕਾਲਾ ਗੂੰਦ ਕੈਪਸੂਲ ਤੇ ਕਾਲਾ ਗੂੰਦ ਕਰੀਮ ਨੇ। ਹਾਂ, ਕਾਲਾ ਗੂੰਦ ਕੈਪਸੂਲ ਨੇ ਮੇਰੇ ਗੋਡਿਆਂ ਦੀ ਗ੍ਰੀਸ ਬਣਾ ਦਿੱਤੀ,
ਤੇ ਕਾਲਾ ਗੁਣ ਕਰੀ ਨੇ ਤੁਹਾਡੇ ਮਾਂ ਦੇ ਜੋੜਾਂ ਦੇ ਦਰਦ ਮਿਟਾਤੀ। ਆ ਦੇਖੋ ਬਿਨਾਂ ਆਪਰੇਸ਼ਨ ਗੋਡਿਆਂ ਦੀ ਗਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋਂਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ, ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ। ਮੇਰੀ ਫੁਰਤੀ ਦਾ ਰਾਜ਼ ਹੈ ਵੈਦਵਾਨ ਦਾ ਐਕਸ ਪਲੱਸ ਮਰਦਾਨਾ ਕੋਰਸ। ਪਿਛਲੇ 30 ਵਰਿਆਂ ਤੋਂ ਇਹੀ ਹੈ ਮੇਰੀ ਸਿਹਤ ਦਾ ਰਾਜ਼। ਇਮਿਊਨਿਟੀ ਵਧਾਉਣ ਦੇ ਨਾਲ ਨਾਲ ਮਰਦਾਨਾ ਤਾਕਤ ਲਈ ਇਹੀ ਰਾਮਬਾਣ ਹੈ।